ਪ੍ਰੋਗਰਾਮ ਸਟ੍ਰੇਟ ਟਾਕ ਦੱਟ ਇਸ ਬੇहद ਖਾਸ ਐਪੀਸੋਡ ਵਿੱਚ ਸਵਾਗਤ ਹੈ ਦਰਸ਼ਕਾ ਦਾ ਅੱਜ ਇਸ ਪ੍ਰੋਗਰਾਮ ਤੇ ਇਸ ਮਾਂਝ ਤੋਂ ਸਾਡੀ ਗੱਲਬਾਤ ਹੋਣ ਜਾ ਰਹੀ ਹੈ ਦੇਸ਼ ਵਿੱਚ ਗਰੀਬੀ ਦਾ ਪੈਮਾਨਾ ਅੰਕਨ ਦੇ ਉਹਨਾਂ ਮਾਪਦੰਡਾਂ ਬਾਰੇ ਜਿਨ੍ਹਾਂ ਨੂੰ ਲੈ ਕੇ ਡਿਬੇਟ ਤੇ ਚਰਚਾ ਪੂਰੇ ਦੇਸ਼ ਵਿੱਚ ਇਸ ਵਕਤ ਸਿਖਰਾਂ ਤੇ ਪਹੁੰਚੀ ਹੋਈ ਹੈਗੀ ਇਸ ਵਕਤ ਪਲੈਨਿੰਗ ਕਮਿਸ਼ਨ ਦੇਸ਼ ਦਾ ਕੌਮੀ ਯੋਜਨਾ ਆਯੋਗ ਸੁਪਰੀਮ ਕੋਰਟ ਦੇ ਸਾਹਮਣੇ ਇਹ ਤੱਥ ਰੱਖ ਰਿਹਾ ਹੈਗਾ ਕਿ ਮੁਲਕ ਦੇ ਵਿੱਚ 32 ਰੁਪਏ ਸ਼ਹਿਰਾਂ ਦੇ ਵਿੱਚ ਤੇ 26 ਰੁਪਏ ਪਿੰਡੂ ਇਲਾਕਿਆਂ ਦੇ ਵਿੱਚ ਜੇ ਇਸ ਤੋਂ ਘੱਟ ਖਰਚ ਦੀ ક્ષਮਤਾ ਕਿਸੇ ਆਦਮੀ ਦੀ ਹੈ ਤਾਂ ਉਹ ਗਰੀਬ ਹੈ ਤੇ ਜੇ ਇਸ ਤੋਂ 1 ਰੁਪਿਆ ਵੀ ਉੱਤੇ ਜ਼ਿਆਦਾ ਖਰਚ ਸਕਦਾ ਹੈਗਾ ਉਸ ਹਲਾਤ ਦੇ ਵਿੱਚੋਂ ਗਰੀਬੀ ਦੇ ਧਾਰੇ ਚੋਂ ਬਾਹਰ ਨਿਕਲਦਾ ਹੈਗਾ ਬਹੁਤ ਵੱਡੀ ਡਿਬੇਟ ਨੂੰ ਜਨਮ ਦਿੱਤਾ ਹੈਗਾ ਲੇਕਿਨ ਇਸ ਪੂਰੀ ਡਿਬੇਟ ਦੇ ਪਿੱਛੇ ਦੀ ਇੱਕ ਲੰਬੀ ਚੌੜੀ ਕਹਾਣੀ ਹੈ ਜੋ ਕਿ ਸਾਡੀ ਪਲੈਨਿੰਗ ਸਾਡੇ ਇਕਨੋਮਿਕ ਪਲੈਨਿੰਗ ਤੇ ਸਾਡੇ ਇਕਨੋਮਿਸਟਾਂ ਦੀ ਸੋਚ ਦੇ ਨਾਲ ਜੁੜੀ ਹੋਈ ਹੈ ਆਖਿਰ ਗਰੀਬੀ ਨੂੰ ਅੰਕੜਾ ਪੈਮਾਨਾ ਕੀ ਹੋਣਾ ਚਾਹੀਦਾ ਹੈ ਤੇ ਮਾਪਦੰਡ ਕਿਵੇਂ ਬਦਲਦੇ ਹੈਗੇ ਨੇ ਵੱਖ-ਵੱਖ ਕਮੇਟੀਆਂ ਵੱਖ-ਵੱਖ ادارے ਕਿਸ ਤਰੀਕੇ ਨਾਲ ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਮਾਪਦੰਡਾਂ ਨੂੰ ਰਿਵਾਈਜ਼ ਕਰਦੇ ਹੈਗੇ ਨੇ ਇਹਦੀ ਕੋਹ ਕਰਨਾ ਦੀ ਸਮਝ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਅੱਜ ਦੀ ਸਾਡੀ ਗੱਲਬਾਤ ਇਸ ਮਾਂਝ ਤੋਂ ਇੱਕ ਐਸੇ ਖਾਸ ਮਹਿਮਾਨ ਨਾਲ ਹੋਣ ਜਾ ਰਹੀ ਹੈ ਜੋ ਕਿ ਇਹਨਾ ਅੰਕੜਿਆਂ ਦੀ ਸੱਚਾਈ ਨੂੰ ਬਹੁਤ ਗਹਿਰਾਈ ਦੇ ਨਾਲ ਸਮਝਦੇ ਹੈਗੇ ਨੇ ਸਾਡੇ ਨਾਲ ਪ੍ਰੋਫੈਸਰ ਦਿਵਿੰਦਰ ਸ਼ਰਮਾ ਜੀ ਮੌਜੂਦ ਹੈਗੇ ਨੇ ਇੰਟਰਨੈਸ਼ਨਲ ਰੈਪਿਊਟ ਦੇ ਟ੍ਰੇਡ ਐਂਡ ਫੂਡ ਪੋਲਿਸੀ ਐਨਾਲਿਸਟ ਪਹਿਲਾਂ ਵੀ ਮਾਂਝ ਤੋਂ ਆ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਸ਼ਰਮਾ ਸਾਡੇ ਨਾਲ ਇਹ ਹੈਰਾਨ ਖਾਤੇ ਹੈਗੇ ਨੇ ਤੁਹਾਡੇ ਵਰਗੇ ਐਨਾਲਿਸਟਸ ਨੂੰ ਕਿਉਂਕਿ ਇਕਨੋਮਿਕਸ ਦੇ ਜਿਹੜੇ 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 ਇੰਟ੍ਰੀਕਸਿਸ ਹੈਗੇ ਨੇ ਉਹਨਾਂ ਨੂੰ ਬਹੁਤ ਘੱਟ ਲੋਕ ਸਮਝਦੇ ਹੈਗੇ ਨੇ ਲੇਕਿਨ ਅੱਜ ਤੱਕ ਸ਼ਾਇਦ ਆਮ ਆਦਮੀ ਵੀ ਸੋਚਣ ਲਈ ਮਜਬੂਰ ਹੈ ਵੀ ਸਾਡੇ ਅਰਥਸ਼ਾਸਤਰੀ ਜਿਸ ਤਰੀਕੇ ਦੇ ਹਾਸੋਹੀਨੇ ਜੇ ਤਤਸਮਨ ਲੈ ਕੇ ਆ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਅਸੀਂ ਬਿਲੀਵ ਕਰੀਏ ਤੇ ਕਿੰਨਾ ਕੁ ਨਾ ਕਰੀਏ ਬਿਲਕੁਲ ਠੀਕ ਹੈ ਬਲਕਿ ਸੁਪਰੀਮ ਕੋਰਟ ਦੇ ਅਸੀਂ ਸਭ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਉਸ ਡਿਬੇਟ ਨੂੰ ਫੋਕਸ ਵਿੱਚ ਲੈ ਕੇ ਆਏ ਹੈ ਕਿ ਜਿਹੜੀ ਅੱਜ ਤੱਕ ਦੇਸ਼ ਵਿੱਚ ਕਦੀ ਹੋਈ ਨਹੀਂ ਕੀ ਹੰਦਾ ਮਤਲਬ ਹੈ ਕਿ ਮਾਰਚ ਦੇ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਇੱਕ ਇੱਕ ਜਜਮੈਂਟ ਕੀਤੀ ਜਾਂ ਆਪਣਾ ਡਿਲੀਵਰ ਕੀਤਾ ਜੋ ਵੀ ਵਰਡਿਕਟ ਸੀਗਾ ਕਿ ਵੀ ਹਾਊ ਆਰ ਯੂ ਅਸੈਸਿੰਗ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਕਿ 19 ਰੁਪਏ ਜਿਹੜਾ ਸ਼ਹਿਰ ਵਿੱਚ ਔਰ ਪਿੰਡਾਂ ਵਿੱਚ 12 ਰੁਪਏ ਕਮਾਉਣ ਵਾਲਾ ਉਹ ਗਰੀਬੀ ਰੇਖਾ ਥੱਲੇ ਹੈ ਉਹਦੇ ਉੱਪਰ ਜਿਹੜੋ ਵੀ ਕਮਾਏਗਾ ਉਹ ਗਰੀਬੀ ਰੇਖਾ ਤੋਂ ਬਾਹਰ ਹੈ ਇਸੇ ਕ ਉਹਦੇ ਉੱਪਰ ਸਰਕਾਰ ਨੇ ਆਪਣਾ ਜਿਹੜਾ ਪਲੈਨਿੰਗ ਕਮਿਸ਼ਨ ਉਹਨਾਂ ਹਦਾਇਤ ਦਿੱਤੀ ਪਲੈਨਿੰਗ ਕਮਿਸ਼ਨ ਨੇ ਆਪਣੇ ਅੰਕਲੇ ਪੇਸ਼ ਕੀਤੇ ਇਹ ਉੱਪਰ ਅੱਜ ਡਿਬੇਟ ਹੋ ਰਹੀ ਹੈ ਤੁਸੀਂ ਇਹ ਦੇਖੋ ਜਿਸ ਟਾਈਮ 19 ਰੁਪਏ ਦੀ ਗ ਗਰੀਬੀ ਦੀ ਰੇਖਾ ਹੈਗੀ ਹੈ ਪਿਛਲੇ 50 ਸਾਲ ਤੋਂ ਉਹ ਡੈਰਿਬਿਟਲੀ ਇੰਨੀ ਘਟ ਰੱਖੀ ਗਈ ਸੀ ਇੰਨੀ ਸਟਿੰਜੈਂਟ ਰੱਖੀ ਗਈ ਸੀ ਕਿ ਸਾਨੂੰ ਗਰੀਬੀ ਦਿਖਾਈ ਨਾ ਦੇ ਔਰ ਇਹ ਇਹ 50 ਸਾਲ ਤੋਂ ਹੁੰਦਾ ਆ ਰਿਹਾ ਇਹ ਚ ਬੜੇ ਡਿਸਟਿੰਗਿਸ਼ ਇਕਨੋਮਿਸਟ ਨੇ ਉਹਨਾਂ ਰੋਲ ਬਣਾਇਆ ਉਹਦਾ ਜਿਹੜਾ ਮਾਪਡੈਂਟ ਬਣਾਇਆ ਤੋਂ ਇੱਕ ਪ੍ਰੋਫੈਸਰ ਡਾਂਡਕਰ ਪ੍ਰੋਫੈਸਰ ਰਾਠ ਲਖੜਾ ਵਾਲਾ ਤੰਦੁਲਕਰ ਤੁਸੀਂ ਵਾਈਕ ਅਲੱਗ ਤੁਸੀਂ ਨਾ ਲੋ ਡਿਸਟਿੰਗੁਇਸ਼ਡ ਐਲੂਮਾਈਨਾਈ ਜਿਹੜੇ ਹੈਗੇ ਇੱਕ ਇਕਨੋਮਿਸਟ ਫੀਲਡ ਦੇ ਉਹ ਸਾਰੇ ਇੰਨਾ ਜੁੜੇ ਰਹੇ ਕਿਸ ਤਰੀਕੇ ਨਾਲ ਔਰ ਉਹਨਾਂ ਨੇ ਡੇਲੀਬਟਲੀ ਇੰਨ ਘਟ ਆਪਣਾ ਬਣਾ ਕੇ ਇਸ ਮਤਲਬ ਜਿਹਨੂੰ ਕਹਿੰਦੇ ਨਾ ਕੰਜੂਸੀ ਨਾਲ ਐਸੀ ਇੱਕ ਪਾਵਰਟੀ ਲਾਈਨ ਬਣਾਈ ਹੈ ਜਿਸ ਨੂੰ ਸਾਨੂੰ ਦੇਸ਼ ਨੂੰ ਸ਼ਰਮ ਆਣੀ ਚਾਹੀਦੀ ਸੀਗੀ ਲੇਕਿਨ 50 ਸਾਲ ਵਿੱਚ ਇੱਕ ਵੀ ਇਕਨੋਮਿਸਟ ਨੇ ਕਦੀ ਖੜੇ ਹੋ ਕੇ ਨਹੀਂ ਬੋਲਿਆ ਜੋ ਸੁਪਰੀਮ ਕੋਰਟ ਨੇ ਬੋਲਿਆ ਕਿ ਇਹ ਤੁਸੀਂ ਕਿਸ ਤਰ੍ਹਾਂ ਲਾਈਨ ਬਣਾਈ ਹੈ ਇਹ ਕਿਸ ਤਰ੍ਹਾਂ ਇੱਕ ਆਦਮੀ ਦਾ ਗੁਜ਼ਾਰਾ 19 ਰੁਪਏ ਵਿੱਚ ਹੋ ਸਕਦਾ ਇਹ ਵੀ ਸਮਝਣਾ ਪੈਣਾ ਵੀ ਗਰੀਬੀ ਰੇਖਾ ਦਾ ਮਤਲਬ ਕੀ ਹੈ ਇਹ ਜੇ 32 ਰੁਪਏ ਗਰੀਬੀ ਰੇਖਾ ਹੈਗੀ ਹੈ ਤਾਂ ਉਹ ਤੋਂ ਉਤਲੇ ਲੋਕ ਕੌਣ ਨੇ ਤੇ ਉਹ ਤੋਂ ਥੱਲੇ ਲੋਕ ਕੌਣ ਨੇ ਉਹ ਉਹਦਾ ਕੀ ਡਾਇਰੈਕਟ ਲਿੰਕੇਜ ਭੁਖਮਰੀ ਨਾਲ ਹੈ ਇੱਕ ਤੁਹਾਨੂੰ ਮੈਂ ਛੋਟੀ ਜੀ ਸਟੋਰੀ ਦੱਸਾਂਗਾ ਇੱਕ ਆਦਮੀ ਕੂਏ ਵਿੱਚ ਗਿਰ ਗਿਆ ਉਹ ਖੂਚ ਗਿਰ ਗਿਆ ਜਦ ਖੂਚ ਗਿਰ ਗਿਆ ਤਾਂ ਲੋਕ ਇਕੱਠੇ ਹੋ ਗਏ ਉਹਨਾਂ ਨੇ ਦੇਖਿਆ ਕਿ ਖੂ 100 ਫੁੱਟ ਗਹਿਰਾ ਸੀਗਾ ਉਹਨਾਂ ਨੇ ਲੋਕਾਂ ਨੇ ਆਪਣੀ ਰੱਸੀ ਲਿਆਉਣ ਦੀ ਗੱਲ ਕੀਤੀ ਰੱਸੀ ਲਿਆਓ ਇੰਨੇ ਚ ਇੱਕ ਇਕਨੋਮਿਸਟ ਆ ਗਿਆ ਉਹਨੇ ਕਿਹਾ ਨਹੀਂ ਤੂੰ ਸਥਿਰ ਜਾ ਮੈਂ ਦੱਸਣਾ ਕਿੰਨੀ ਰੱਸੀ ਚਾਹੀਦੀ ਹੈ ਉਹਨੇ ਅਸੈਸਮੈਂਟ ਕੀਤਾ ਕਿ 50 ਫੁੱਟ ਦਾ ਆਦਮੀ ਦੀ એનર્ਜੀ ਲੈਵਲ ਦੇਖ ਕੇ ਉਹਨੇ ਕਿਹਾ ਕਿ 50 ਫੁੱਟ ਤਾਂ ਇਹ ਦੀਵਾਰ ਤੇ ਚੜ ਜਾਏਗਾ ਉਦੇ ਬਾਅਦ 50 ਫੁੱਟ ਦੀ ਰੱਸੀ ਖਿੱਚ ਕੇ ਰੱਸੀ ਜੰਪ ਕਰਕੇ ਪਕੜ ਲਏਗਾ ਔਰ ਰੱਸੀ ਉਹਨੂੰ 50 ਫੁੱਟ ਦੀ ਖਿੱਚਲੇਗੀ ਉਹਨੇ ਕਿਹਾ ਤੁਸੀਂ 50 ਫੁੱਟ ਦੀ ਰੱਸੀ ਲੈ ਕੇ ਆਓ ਉਹ 50 ਫੁੱਟ ਦੀ ਰੱਸੀ ਲੈ ਕੇ ਆਏ ਹੋਇਆ ਇਹ ਹੈ ਕਿ ਆਦਮੀ ਵੀ ਡੁੱਬ ਗਿਆ ਔਰ ਰੱਸੀ ਵੀ ਕਿਸੇ ਕੰਮ ਨਹੀਂ ਆਈ ਮਤਲਬ ਕਹਿੰਦਾ ਇਹ ਹੈ ਕਿ ਇਕਨੋਮਿਸਟ ਨੇ ਇਸ ਤਰ੍ਹਾਂ ਸਾਡਾ ਇੱਕ ਪਾਵਰਟੀ ਦੀ ਰੇਸ਼ਿਓ ਬਣਾਤੀ ਹੈ ਕਿ ਪਾਵਰਟੀ ਹਟ ਨਹੀਂ ਸਕਦੀ ਉਹਨਾਂ ਜਦ ਤੁਸੀਂ ਡਾਇਰੈਕਟਲੀ ਪਾਵਰਟੀ 'ਤੇ ਰੱਖੋਗੇ ਜਿੰਨੇ ਵੀ ਤੁਹਾਡੇ ਪ੍ਰੋਗਰਾਮ ਹੋਣਗੇ ਵੈਲਫੇਅਰ ਪ੍ਰੋਗਰਾਮ ਉਹ ਸਾਰੇ ਸਾਰੇ ਨਕਮੇ ਹੋ ਜਾਣਗੇ ਇਹੀ ਇੱਕ ਪ੍ਰੋਬਲਮ ਹੋਇਆ ਕਿ ਸਾਡੇ ਦੇਸ਼ ਵਿੱਚ ਗਰੀਬੀ ਘਟੀ ਨਹੀਂ ਰ ਚਾਹੇ ਗਲੋਬਲਾਈਜੇਸ਼ਨ ਹੋਵੇ ਜਾਂ ਗਲੋਬਲਾਈਜੇਸ਼ਨ ਪਹਿਲੇ ਹੋਵੇ ਕਿਉਂ ਇਹਦਾ ਮਤਲਬ ਸਾਰੇ ਹੁੰਦਾ ਹੈ ਕਿ ਜੇ ਪਾਉਰਟੀ ਲਾਈਨ ਡਿਫਾਈਨ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਉਸ ਕੈਟਾਗਰੀ ਨੂੰ ਸਰਕਾਰ ਜਿਹੜੀ ਹੈ ਸਪੈਸ਼ਲ ਫੋਕਸ ਕਰੇਗੀ ਸਪੈਸ਼ਲ ਅਟੈਂਸ਼ਨ ਦੇਗੀ ਸਪੈਸ਼ਲ ਸਬਸਿਡੀਆਂ ਦੇਗੀ ਤਾਂ ਕਿ ਉਸ ਦੇਾਰੇ ਨੂੰ ਉਸ ਕਲਾਸ ਨੂੰ ਚੱਕਿਆ ਜਾ ਸਕੇ ਲੇਕਿਨ ਜੇ ਤੁਸ ਜੇ ਤੁ ਕੈਟਾਗਰੀ ਨੂੰ ਖੂਬ ਵੱਡਾ ਹਿਸਾਬ ਕਰਤਾ ਕਿ ਕੂਏ ਵਿੱਚ ਗਿਰ ਗਿਆ ਬੰਦਾ ਤੁਸੀਂ ਉਹ ਇੰਨੀ ਇਨਵੈਸਟਮੈਂਟ ਕਿੱਤੀ ਹੋ ਤਾਂ ਪਹੁੰਚੇਗੀ ਨਹੀਂ ਤੇ ਉਂਝੇ ਇਨਵੈਸਟਮੈਂਟ ਵੀ ਬਿਕਾਰ ਗਈ ਔਰ ਜਿਹੜਾ ਗਰੀਬ ਹੈ ਉਹ ਵੀ ਵਿਚਾਰੇ ਆਪਣੇ ਮਰੇ ਜਾਂ ਜੀ ਹੈ ਕਿਸ ਨੂੰ ਪਤਾ ਨਹੀਂ ਹੈ ਮਤਲਬ ਕਹਿੰਦਾ ਹੈ ਕਿ ਇਸ ਤਰ੍ਹਾਂ ਅਗਰ ਤੁਸੀਂ ਆਪਣੀ ਪਾਲਿਸਿਜ਼ ਬਣਾਓਗੇ ਫਿਰ ਤੁਸੀਂ ਕਹੋਗੇ ਇਸ ਗਰੀਬੀ ਹਟਾ ਰਹੇ ਆ ਇਹ ਬਹੁਤ ਵੱਡਾ ਸਵਾਲ ਸਿਰ ਗਦੇ ਮੁਲਕ ਦੇ ਵਿੱਚ ਇਸ ਵਕਤ ਕੀਆ ਜਾ ਰਿਹਾ ਵੀ 37% ਦੀ 37.2% ਦੀ ਲੋਕ ਗੁਰਬਤ ਦਾ ਸ਼ਿਕਾਰ ਨੇ ਦਸੰਸੀ ਗਰੀਬੀ ਰੇਖਾ ਤੋਂ ਥੱਲੇ ਹੈਗੇ ਨੇ ਥੋੜੇ ਸਾਹਮਣੇ ਜਿਹੜਾ ਤੰਦੂਲਕਰ ਕਮੇਟੀ ਦੀ ਰਿਪੋਰਟ ਉੱਤੇ ਆਧਾਰਿਤ ਇਹ ਅੰਕੜਾ ਹੈਗਾ ਜਾਂ ਇਹ ਪਰਸੈਂਟੇਜ ਹੈਗੀ ਹੈ ਇਹ ਕਿਹੜੇ ਲੋਕਾਂ ਦੀ ਗੱਲ ਹੋ ਰਹੀ ਹੈ 37% ਕੌਣ ਲੋਕ ਹੈਗੇ ਨੇ ਇਹ ਇਹ ਐਕਸਟ੍ਰੀਮੈਂਟ ਤੇ ਹੈਗੇ ਪੋਵਰਟੀ ਦੇ ਦੇਖੋ ਇਸ ਕੋ ਸ਼ੱਕ ਨਹੀਂ ਹੈ ਕਿ ਐਕਸਟ੍ਰੀਮੈਂਟ ਤੇ ਹੈਗੇ ਕਿ ਜਿਹੜਾ ਬੰਦਾ ਅੱਜ ਦੀ ਪ੍ਰਾਈਸਿਸ ਵਿੱਚ ਅਗਰ ਤੁਸੀਂ 32 ਰੁਪਏ ਗਿੰਦੇ ਹੋ ਔਰ ਅਗਰ ਇੱਕ ਸਾਲ ਪਹਿਲੇ ਦੀ 2004 2005 ਦੀ ਪ੍ਰਾਈਸਿਸ ਵਿੱਚ 19 ਰੁਪਏ ਗਿੰਦੇ ਹੋ 19 ਰੁਪਏ ਦਾ ਮੇਰਾ ਤਾਂ ਮੰਨਣਾ ਕਿ ਤੁਸੀਂ ਕੁੱਤਾ ਵੀ ਨਹੀਂ ਆਪਣਾ ਪਾਲ ਸਕਦੇ ਜੇ ਉਹ ਕੁੱਤਾ ਹੈ ਤਾਂ ਜੇ ਤੁਸੀਂ ਜਾਨਵਰ ਨਹੀਂ ਪਾਲ ਸਕਦੇ ਔਰ ਤੁਸੀਂ ਉਹ ਇਨਸਾਨ ਨੂੰ ਪਾਲਣ ਦੀ ਗੱਲ ਕਰ ਰਹੇ ਹੋ ਇਹ ਮਤਲਬ ਹੈ ਕਿ ਉਹ ਉਹ ਡਿਸਟਿਚੂਟ ਜਾਂ ਬਿਲਕੁਲ ਸਟਾਰਵੇਸ਼ਨ ਦੇ ਲੈਵਲ ਤੇ ਉਹ ਆਦਮੀ ਜੀ ਰਿਹਾ ਹੈਗਾ ਔਰ ਇਹੀ ਸਾਡੀ ਗਲਤੀ ਹੋਈ ਹੈ ਕਿ ਅਸੀਂ ਉਹਨੂੰ ਜਿਹੜੀ ਸਟਾਰਵੇਸ਼ਨ ਲਾਈਨ ਹੈ ਉਹਨੂੰ ਅਸੀਂ ਪਾਵਰਟੀ ਲਾਈਨ ਦਾ ਰੂਪ ਦਿੱਤਾ ਹੈ ਔਰ ਇਹ ਬਹੁਤ बड़ी ਗਲਤੀ ਹੋਈ ਹੈ ਲੇਕਿਨ ਇਹ ਤੋਂ ਸਮਝਣ ਦੀ ਗੱਲ ਇਹ ਹੈ ਕਿ ਕਿੰਨੇ ਸਾਰੇ ਲਾਈਨਾਂ ਬਣੀਆਂ ਤੁਸੀਂ ਅਗਰ ਪਿਛਲੇ 4 5 6 ਸਾਲ ਚ ਦੇਖੋ ਤਾਂ ਇੰਨੇ ਸਾਰੇ ਅਨਾਲਿਸਿਸ ਇੰਨੇ ਸਾਰੇ ਲਾਈਨਾਂ ਬਣ ਗਈਆਂ ਪਾਵਰਟੀ ਲਾਈਨਾਂ ਕਿ ਬੰਦਾ ਕਨਫਿਊਜ਼ ਹੋ ਜਾਂਦਾ ਕਿ ਵੇ ਕਿਹੜੀ ਲਾਈਨ ਨੂੰ ਮੰਨ ਕੇ ਚੱਲਾਂ ਮੈਂ 24% ਤੋਂ ਲੈ ਕੇ 25% ਤੋਂ ਲੈ ਕੇ 27% ਜਿਹੜਾ ਤੰਦੁਰਕਰ ਕਮੇਟੀ ਰਿਪੋਰਟ ਆਈ ਹੈ ਉਹ ਤਾਂ ਪਹਿਲੇ ਜਿਹੜੀ ਸਾਡੀ ਅਨਾਲਿਸਿਸ ਸੀਗੀ ਉਹ ਸਰਕਾਰ ਦੀ ਪਲੈਨਿੰਗ ਕਮਿਸ਼ਨ ਦੇ ਉਹ ਕਹਿੰਦੀ ਸੀ 27.5% ਦਾ ਮਤਲਬ ਕਿ ਤੁਸੀਂ ਅੰਕੜੇ ਦੇ ਨਾਲ ਚੱਕਰ ਨਹੀਂ ਕਰ ਰਹੇ ਜੀ ਇਸ ਕੰਪਲੀਟਲੀ ਜਗਲਰੀ ਤੁਸੀਂ ਮੈਨੂੰ ਦੱਸੋ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਕਿ ਇੱਕ ਬੰਦੇ ਇੱਕ ਬੰਦੇ ਦੀ ਰਿਕੁਆਇਰਮੈਂਟ ਜਿਹੜੀ ਮੈਲਨਿਊਟ੍ਰੀ ਆ ਸਾਡਾ ਪਾਵਰਟੀ ਸਾਡੀ ਕੰਟਰੀ ਜਿਹੜੀ ਹੈਗੀ ਹੈ 글로ਬਲੀ ਸਭ ਤੋਂ ਜਿਆਦਾ ਪੂਰ ਹਿੰਦੁਸਤਾਨ ਚ ਹੈਗੇ ਸਭ ਤੋਂ ਜਿਆਦਾ ਮਲਨਰਿਸ਼ਟ ਜਾਂ ਕੁਪੋਸ਼ਨ ਜੋ ਜਿਹੜੇ ਲੋਕੀ ਅਫੈਕਟਡ ਹੈਗੇ ਉਹ ਵੀ ਸਾਡੇ ਹਿੰਦੁਸਤਾਨ ਚ ਹੈਗੇ 1 ਰੁਪਏ ਤੁਸੀਂ ਦਾਲ ਸੋਚਦੇ ਹੋ ਕਿ ਰੋਜ਼ਾਨਾ ਖਾਏਗਾ ਤਾਂ ਉਹ ਪਾਵਰਟੀ ਦੁਬਾਰ ਹੋ ਜਾਏਗਾ ਕਿਸ ਤਰ੍ਹਾਂ ਮਨ ਨੂੰ ਸਮਝ ਨਹੀਂ ਆਦਾ ਕਿਹੜੇ ਇਕਨੋਮਿਸਟ ਹੈ ਜਿਨ੍ਹਾਂ ਦੇ ਕਿੰਨੇ ਕਿੱਥੇ ਗਈ ਕਾਮਨ ਸੈਂਸ ਉਹਨਾਂ ਦੀ ਕਿ 1 ਰੁਪਏ ਦੀ ਦਾਲ ਜੇ 1 ਰੁਪਏ ਦਾਲ ਕਦੀ ਮਿਲ ਸਦੀ ਤਾਂ ਉਹਨਾਂ ਕਿਦੋਂ ਤੋ ਚਾਰ ਦਾਣੇ ਵੀ ਉਚ ਨਹੀਂ ਆਣਗੇ ਤੁਸੀਂ ਉਹਨਾਂ ਸੋਚਦੇ ਕਿ ਉਹਨਾਂ ਨਾਲ ਕੋਪੋਸ਼ੋ ਦਾ ਖਤਮ ਹੋ ਜਾਏਗਾ ਔਰ ਇਹੀ ਕਾਰਨ ਹੈ ਤੋ ਦੇਖੋ ਹਰਿਆਣਾ ਦਾ ਹਾਲ ਦੇਖੋ ਹਰਿਆਣਾ ਅਦਰਵਾਈਜ਼ ਵੈਲ ਡਿਵੈਲਪਡ ਸਟੇਟ ਹੈ ਲੇਕਿਨ ਤੁਹਾਨੂੰ ਹੈਰਾਨਗੀ ਹੋਏਗੀ ਕਿ ਐਨੀਮਿਕ ਲੈਵਲ ਦੇਖੋ ਅਗਰ ਉਹਨਾਂ ਪੈਗਨੈਂਟ ਔਮਨ ਦਾ ਤਾਂ ਨੰਬਰ 2 ਹੈ ਕੰਟਰੀ ਚ ਹਰਿਆਣਾ ਹਾਂਜੀ ਇਹ ਮਤਲਬ ਕੀ ਹੋਇਆ ਸਾਫ ਕਿ ਪਾਵਰਟੀ ਇਜ਼ ਇਜ਼ ਅ ਮਲਟੀ ਡਾਈਮੈਨਸ਼ਨਲ ਅਸਪੈਕਟ ਉਹਨੂੰ ਦੇਖਣਾ ਪੈਗਾ ਤੁਹਾਨੂੰ ਹਰ ਐਂਗਲ ਤੋਂ ਐਂਡ ਦੈਨ ਯੂਲ ਅਸੈਸ ਕਿ ਵੇ ਕਿਸ ਵਾਸਤੇ ਉਹ ਨਹੀਂ ਹੋਇਆ ਸਾਡੇ ਦੇਸ਼ ਵਿੱਚ ਇੱਕ ਇੱਕ ਵੱਡਾ ਸਵਾਲੇ ਵੀ ਖੜਾ ਹੁੰਦਾ ਵੀ ਕੀ ਇਸਦਾ ਮ ਪੋਵਰਟੀ ਲਾਈਨ ਜਿਸ ਨੂੰ ਆਪਾਂ ਬਿਲੋ ਪੋਵਰਟੀ ਲਾਈਨ ਕਹਿੰਦੇ ਆ ਉਹ ਇੱਕ ਫਿਕਸ਼ਨਲ ਜੀਆਂ ਲਾਈਨਸ ਹੈਗੀਆਂ ਨੇ ਰਿਐਲਿਟੀ ਤੋਂ ਬਹੁਤ ਦੂਰ ਹੈਗੇ ਨੇ ਲੇਕਿਨ ਉਹਨਾਂ ਦਾ ਪਰਪਸ ਕੀ ਇੱਕ ਸਟੈਟਿਸਟਿਕਲ ਰਿਕੁਆਇਰਮੈਂਟ ਪੂਰੀ ਕਰਨਾ ਹੈ ਸਰਕਾਰ ਦੀਆਂ ਯੂ ਨੋ ਪੀਪਲ ਫ੍ਰੈਂਡਲੀ ਸਕੀਮਾਂ ਨੂੰ ਲਾਗੂ ਕਰਾਂ ਦੇ ਪਰ ਸੋ ਆਈ ਥਿੰਕ ਇਟਸ ਮੇਰਲੀ ਸਟੈਟਿਸਟਿਕਲ ਤੁਸੀਂ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਫਿਕਟਿਸ਼ੀਅਸ ਲਾਈਨ ਮੈਂ ਥੋੜਾ ਜਿਹਾ ਅੱਗੇ ਜਾਵਾਂਗਾ ਕਿ ਐਕਚੁਅਲੀ ਸੇ ਬੋਗਸ ਲਾਈਨ ਇਹ ਕਿਉਂਕਿ ਡੈਲੀਵਟਲੀ ਬਣਾਈ ਗਈ ਹੈ ਤਾਂ ਕਿ ਇੱਕ ਸੋਸ਼ਲ ਫੇਸ ਜਿਹੜਾ ਸਰਕਾਰ ਦਾ ਹੈ ਉਹ ਨਜ਼ਰ ਲੇਕਿਨ ਰਿਐਲਿਟੀ ਵਿੱਚ ਉਹਨੂੰ ਤੁਸੀਂ ਬੈਨੀਫਿਟ ਕਰਦੇ ਹੋ ਪਾਵਰਟੀ ਜਾਂ ਪੂਅਰ ਪੀਪਲ ਨੂੰ ਉਹ ਕਿਸ ਨੇ ਅਜੇ ਤੱਕ ਨਹੀਂ ਅਸੈਸਮੈਂਟ ਕੀਤੀ ਹੈ ਕਿਸੇ ਵੀ ਪੈਮਾਨੇ ਤੋਂ ਉਹਨੂੰ ਜਸਟੀਫਾਈ ਕੀਤਾ ਜਾ ਸਕਦਾ ਜੇ ਸਰਕਾਰ ਕਹੇ ਵੀ ਅਸੀਂ ਕੁਝ ਖਰਾਤਾ ਵੰਡਣੀਆਂ ਨੇ ਅਸੀਂ ਕੁਝ ਸਬਸਿਡੀਜ਼ ਵੰਡਣੀਆਂ ਨੇ ਬਹੁਤ ਗਰੀਬ ਜਾਂ ਬਹੁਤ ਪਛੜੇ ਹੋਏ ਤਬਕੇ ਨੂੰ ਅਸੀਂ ਬੈਨੀਫਿਟ ਦੇਣਾ ਤੇ ਉਹਦੇ ਲਈ ਅਸੀਂ ਇੱਕ ਲਾਈਨ ਡਰਾ ਕੀਤੀ ਤੇ ਉਹ ਲਾਈਨ ਨੂੰ ਅਸੀਂ ਬੀਪੀਐਲ ਕਹਿੰਦੇ ਸੋ ਕੈਨ ਯੂ ਜਸਟੀਫਾਈ ਨੀ ਪਰ ਕੌਣ ਕਹਿੰਦਾ ਤੁਸੀਂ ਨਾ ਕਰੋ ਤੁਸੀਂ ਆਪਣੀ ਬੀਪੀਐਲ ਲਾਈਨ ਬਣਾਓ ਬੀਪੀਐਲ ਦੇ ਵਿੱਚ ਇੱਕ ਐਕਸਟ੍ਰੀਮ ਲਾਈਨ ਹੋਰ ਬਣੀ ਹੋਈ ਹੈ ਅੰਤਯੋਧਯ ਇੱਕ ਹੋਰ ਲਾਈਨ ਹੈ ਅੰਤਯੋਧਯ ਉਹ ਬੰਦੇ ਹੈਗੇ ਜਿਨ੍ਹਾਂ ਦੇ ਬਿਲਕੁਲ ਡਿਸਟ੍ਰਿਬਿਊਟਸ ਹੈਗੇ ਉਹਨਾਂ ਨੂੰ ਕੁਝ ਨਹੀਂ ਹੈਗਾ ਉਹ ਲਾਈਨ ਨੂੰ ਅਸੀਂ ਹੋਰ ਵੀ ਹੋਰ ਬੈਨੀਫਿਟ ਦੰਨੇ ਹੈ ਜੇ ਤੁਸੀਂ ਆਮ ਆਦਮੀ ਨੂੰ ਗੇਹੂ ਔਰ ਚਾਵਲ ਜਿਹੜਾ ਦੇ ਰਹੇ ਹੋ 3 ਰੁਪਏ ਜਾਂ 4 ਰੁਪਏ ਦੇ ਰਹੇ ਹੋ ਉਹਨਾਂ ਨੂੰ 1 ਰੁਪਏ ਤਾਂ ਦਿੰਦੇ ਹੋ 1 ਰੁਪਏ 2 ਰੁਪਏ ਦਿੰਦੇ ਹੋ ਇਹ ਮਤਲਬ ਉਹ ਹੋਰ ਵੀ ਐਕਸਟ੍ਰੀਮ ਹੈ ਹਲੇ ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਕਿਸੇ ਨੂੰ ਰ ਸਾਨੂੰ ਚੁਪਾਉਣ ਦੀ ਕੀ ਜਰੂਰਤ ਪਈ ਐ ਐਜ਼ ਅ ਨੇਸ਼ਨ ਲਿਟਸ ਚੁਪਾਈ ਜਾ ਰਹੀ ਐ ਚੁਪਾਈ ਜਾ ਰਹੀ ਐ ਫੇਲ ਕਿ ਚੁਪਾਈ ਜਾ ਰਹੀ ਐ ਜਾਂ ਪੈਸਾ ਬਚਾਣ ਦੀ ਗੱਲ ਐ ਵੀ ਸਰਕਾਰ ਨੂੰ ਵੈਲਫੇਅਰ ਸਕੀਮਾਂ ਦੇ ਵਿੱਚ ਜਿਹੜੀ ਫੰਡਿੰਗ ਉਹਨਾਂ ਨੇ ਰੱਖੀ ਹੋਈ ਐ ਉਹ ਕਿਉਂਕਿ ਉਹਨਾਂ ਕੋਲ ਇੱਕ ਸੀਮਿਟਡ ਫੰਡਿੰਗ ਹੈਗੀ ਐ ਉਹਨਾਂ ਨੇ ਦੇਣੀ ਹੈਗੀ ਐ ਤਾਂ ਉਹਨਾਂ ਨੇ ਗਰੀਬੀ ਦਾ ਦਾਇਰਾ ਹੀ ਸਿਕੋੜਤਾ ਜਾਂ ਗਰੀਬੀ ਦਾ ਜਿਹੜਾ ਆਕਾਰ ਸੀਗਾ ਉਸ ਨੂੰ ਥੋੜਾ ਘੱਟ ਕਰਕੇ ਦੁਨੀਆ ਨੂੰ ਦਿਖਾ ਰਿਹਾ ਤਾਂ ਕਿ ਉਹ ਸਭ ਚੀਜ਼ਾਂ ਨੇ ਗ੍ਰਾਂਟਸ ਜਸਟੀਫਾਈ ਹੋਣ ਦੇਖੋ ਇੱਕ ਤਾਂ ਇੱਕ ਗੱਲ ਤੁਹਾਡੀ ਬਿਲਕੁਲ ਠੀਕ ਐ ਕਿ ਵੀ ਤੁਸੀਂ ਡੇਲੀਬਟਲੀ ਥਰ ਰੱਖੋਗੇ ਤਾਂ ਤੁਹਾਡੇ कि गलत तरीका है असली क्यों क्यों गया यह सारा जो है इस करके किया गया कि देखो हर पोलीटल पार्टी एक दिखा चाहिए अपना चेहरा कि सामते बहुत ग्रोथ हुई है हर एक सरकार चाहती है कि पावर्टी ना नजर आए और इस करके हर सरकार ने पाँ साल तो हर सरकार ने जानते हुए या ना जानते हुए मैं कह नहीं सकता इस चीज़ की गल नहीं उठाई क्यों हरेको सूट करता ਉਹੀ ਗੱਲ ਹੈ ਕਿ ਦੂਰਦਰਸ਼ਨ ਨੂੰ ਸਾਰੇ ਕਹਿੰਦੇ ਆ ਜੋ ਆਪੋਜੀਸ਼ਨ ਹੁੰਦੇ ਆ ਕਿ ਦੂਰਦਰਸ਼ਨ ਨੂੰ ਪ੍ਰਾਈਵੇਟਾਈਜ਼ ਕਰੋ ਜਾਂ ਆਟੋਨਮਸ ਕਰੋ ਲੇਕਿਨ ਜਦ ਸਰਕਾਰ ਚਾਹੁੰਦੇ ਆ ਕੋਈ ਨਹੀਂ ਕਰਨਾ ਚਾਹੁੰਦਾ ਮਤਲਬ ਇਹੀ ਗੱਲ ਸਹੀ ਕਿ ਪਾਵਰਟੀ ਨੂੰ ਕਿਸ ਨੇ ਅਜ ਤੱਕ ਹਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਹਰ ਨੂੰ ਸੁਟਕਦਾ ਸੀ ਸ਼ਾਈਨਿੰਗ ਇੰਡੀਆ ਹੋਏ ਇਨਕ੍ਰੈਡੀਬਲ ਇੰਡੀਆ ਹੋਏ ਹਰੇਕ ਪਾਰਟੀ ਨੂੰ ਸੁਟਕੇਤਾ ਗੱਲ ਇਹ ਹੈ ਕਿ ਉਹਨੂੰ ਤੁਸੀਂ ਕਦ ਤੱਕ ਦੇਖੋ ਕਬੂਤਰ ਔਰ ਬਿੱਲੀ ਦੀ ਗੱਲ ਹੈ ਕਬੂਤਰ ਅੱਖਾਂ ਬੰਦ ਕਰ ਲਏਗਾ ਤਾਂ ਬਿੱਲੀ ਚਲੀਨ ਜਾਏਗੀ ਇਹ ਸਾਨੂੰ ਜੇ ਸਾਸੀ ਅੱਖਾਂ ਬੰਦ ਕਰਨਾ ਵਾਂਗੇ ਗਰੀਬੀ ਨਹੀਂ ਹੈ ਗਰੀਬੀ ਨਹੀਂ ਮਿਟ ਸਕਦੀ ਹੈ ਗਰੀਬੀ ਨੂੰ ਮਿਟਾਉਣ ਵਾਸਤੇ ਸਾਨੂੰ ਪਹਿਲੇ ਓਨੈਸਟਲੀ ਐਕਸੈਪਟ ਕਰਨਾ ਪਏਗਾ ਕਿਸ ਲੈਵਲ ਦੇ ਗਰੀਬ ਹੈਗੇ ਕਿਸ ਮਲਟੀ ਡਾਈਮੈਂਸ਼ਨਲ ਲੈਵਲ ਤੇ ਸਾਡੀ ਪਾਵਰਟੀ ਹੈਗੀ ਹੈ ਦੈਨ ਵੀ ਫਾਲੋ ਦ ਰਾਈਟ ਅਪਰੋਚਸ ਟੂ ਐਰਡੀਕੇਟ ਦੈਨ ਮੈਨ ਯਾਦ ਹੈ ਮਹਿਬੂਬੁਲ ਹਕ ਸਾ ਪਾਕਿਸਤਾਨ ਦੇ ਫਾਈਨਾਂਸ ਮਿਸਟਰ ਹੁੰਦੇ ਸੀਗੇ ਉਹਨਾਂ ਦੇ ਟਾਈਮ ਤੇ ਉਹਨਾਂ ਦੀ ਜੀਡੀਪੀ ਵੀ 25 ਸਾਲ ਪਹਿਲੇ ਦੀ ਗੱਲ ਕਰ ਰਹੇ ਹਾਂ 7% ਦੇ ਰੇਟ ਤੇ ਗਰੋਅ ਕੀਤੀ ਸੀ ਲੇਕਿਨ ਜਦ ਇਲੈਕਸ਼ਨ ਆਏ ਤਾਂ ਪਾਰਟੀ ਡਿਸ ਅਪੀਅਰ ਹੋ ਗਈ ਮਹਿਬੂਬੁਲ ਹਕ ਸਾਬ ਜ ਉਹਨੇ ਗੱਲ ਕਹੀ ਸੀ ਮਨੋ ਉਹਨੇ ਕਿਹਾ ਸੀਗਾ ਕਿ ਆਈ ਗਾਟ ਅ ਰੂਟ ਸ਼ੌਕ ਆਫ ਮਾਈ ਲਾਈਫ ਕਿ ਜੀ ਡੀ ਪੀ ਇਜ਼ ਨੋਟ ਦੀ ਟੱਚਸਟੋਨ ਟੂ ਡਿਵੈਲਪਮੈਂਟ ਜੀ ਡੀ ਪੀ ਨਾਲ ਗਰੀਬੀ ਨਹੀਂ ਹਟਦੀ ਹੈ ਭੁੱਖ ਨਹੀਂ ਹਟਦੀ ਹੈ ਹੀ ਸਰ ਬਟ ਅਗਰ ਤੁਸੀਂ ਡਾਇਰੈਕਟਲੀ ਲਾਂਚ ਕਰੋ ਅਟੈਕ ਗਰੀਬੀ ਔਰ ਹੰਗਰ ਤੇ ਜੀ ਡੀ ਪੀ بڑھਦੀ ਹੈ ਆਈ ਥਿੰਕ ਸਾਡੇ ਵੀ ਜਿਹੜੇ ਆਪਣੇ ਪੋਲਿਸੀ ਮੇਕਰਸ ਹੈਗੇ ਉਹ ਕਿਤੇ ਭੁੱਲ ਗਏ ਇਹ ਉਹਨਾਂ ਨੀਤੀ ਨਹੀਂ ਅਪਣਾਈ ਔਰ ਇਹੀ ਰਿਜ਼ਲਟ ਅਸੀਂ ਦੇਖ ਰਹੇ ਹਾਂ ਅੱਜ ਕਿ ਜਦ ਸਾਰੀ ਕੰਟਰੀ ਡਿਬੇਟ ਹੋ ਰਹੀ ਹੈ ਜਾਂ ਗੁੱਸਾ ਜਿਹੜਾ ਤੇਾਰੇ ਦੇਸ਼ ਵਿਚਾਰੇ ਬਿਲਕੁਲ ਗਰੀਬੀ ਨਹੀਂ ਛੁਪਾਈ ਜਾਂਦੀ ਕੋਸ਼ਿਸ਼ ਮੋਟੀ ਗਲੀ ਟਿਕਲ ਕੇ ਸਾਹਮਣੇ ਆ ਰਹੀ ਵੀ ਸ਼ਾਇਦ ਅੰਕੜਿਆਂ ਦੇ 헤ਰਫੇਰ ਦੇ ਨਾਲ ਗੁਰਬਤ ਦੇਸ਼ ਦੀ ਨਜ਼ਰ ਨਾ ਆਵੇ ਠੀਕ ਛੁੜ ਜੇ ਕਮਰਸ਼ਲ ਬ੍ਰੇਕ ਲਈ ਰੁਕਦੇ ਆ। ਸਵਾਗਤ ਹੈ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸਟੇਟ ਆਪਕੀ ਪ੍ਰੋਫੈਸਰ ਦਿਵਿੰਦਰ ਸ਼ਰਮਾ ਸਾਹਿਬ ਇੰਟਰਨੈਸ਼ਨਲ ਟ੍ਰੇਡ ਐਂਡ ਫੂਡ ਪਾਲਿਸੀ ਐਨਾਲਿਸਟ ਸਾਡੇ ਨਾਲ ਹੈਗੇ ਨੇ ਗੱਲਬਾਤ ਦੇਸ਼ ਦੀ ਯੋਜਨਾ ਆਯੋਗ ਦੇ ਉਹਨਾਂ ਅੰਕੜਿਆਂ ਤੇ ਹੋ ਰਹੀ ਹੈ ਜੋ ਕਿ ਦੇਸ਼ ਦੇ ਵਿੱਚ ਗਰੀਬੀ ਨੂੰ ਅੰਕਣ ਦਾ ਇੱਕ ਐਸਾ ਹਸੂ ਹੈ ਨਾ ਤਾਤ ਸਾਹਮਣੇ ਲੈ ਕੇ ਆਏ ਨੇ ਸੁਪਰੀਮ ਕੋਰਟ ਵਿੱਚ ਰੱਖਣਾ ਪਿਆ ਹੈਗਾ ਜੋ ਕਿ ਆਪਣੇ ਆਪ ਵਿੱਚ ਮੰਨਣ ਲਾਇਕ ਨਹੀਂ ਹੈਗਾ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਕਾਮਨ ਸੈਂਸ ਘਟੋ ਘਾਟੇ ਮੰਦੀ ਹੈਗੀ ਵੀ ਜਿਸ ਤਰੀਕੇ ਦੀ ਗਰੀਬ ਦੀ ਪਰਿਭਾਸ਼ਾ ਪਲੈਨਿੰਗ ਕਮਿਸ਼ਨ ਸੁਪਰੀਮ ਕੋਰਟ ਦੇ ਸਾਹਮਣੇ ਰੱਖ ਰਿਹਾ ਉਹ ਗਰੀਬੀ ਨਹੀਂ ਹੈ ਹੁਰੀ ਵੀ ਤਾਂ ਬਹੁਤ ਜ਼ਿਆਦਾ ਅੰਡਰਸਟੇਟ ਕੀਤਾ ਜਾ ਰਿਹਾ ਬਹੁਤ ਕਟਾ ਕੇ ਗਰੀਬੀ ਨੂੰ ਦਰਸਾਉਣ ਦੀ ਕੋਸ਼ਿਸ਼ ਹੈ అర్జుਨ ਸੇਨ ਇੱਕ ਗੁਪਤਾ ਕਮੇਟੀ ਆਈ ਸੀ ਜੋ ਜੋ ਕਿ ਦਾਸਰੀਆ ਵੀ ਬੋਲਦੇ 77% ਦੇ ਲੋਕ 20 ਰੁਪਏ ਤੱਕ ਵੀ ਇੱਕ ਦਿਨ 'ਚ ਨਹੀਂ ਖਰਚ ਕਰ ਸਕਦੇ ਇਸ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਵੀ ਆਕਸਫੋਰਡ ਦੇ ਵਿੱਚ ਵੀ ਇਸ ਕਿਸਮ ਦੀ ਸਟੱਡੀਆਂ ਹੋ ਵੱਖ-ਵੱਖ ਕਮੇਟੀਆਂ ਵੱਖ-ਵੱਖ ਕਮਿਸ਼ਨਾਂ ਵੱਖ-ਵੱਖ ਅਦਾਰਿਆਂ ਨੇ ਗਰੀਬੀ ਦੇ ਪਰਸੈਂਟੇਜ ਨੂੰ ਵੀ ਵੱਖ-ਵੱਖ ਦੱਸਿਆ ਹੈ ਪਹਿਲੇ ਜੇ ਅਸੀਂ ਗਰੀਬੀ ਨਪਦੇ ਸੀਗੇ ਉਹਦਾ ਤਰੀਕਾ ਮਾਪ ਡੰਡੇ ਸੀਗਾ ਕਿ ਅਸੀਂ ਕੈਲਰੀ ਰਿਕੁਆਇਰਮੈਂਟ ਦੇ ਕੇ ਚੱਲਦੇ ਸੀਗੇ ਕਿ 2400 ਕੈਲਰੀ ਜਿਹੜੀ ਹੈਗੀ ਹੈ ਉਹ ਰੂਰਲ ਏਰੀਆਜ਼ ਵਿੱਚ ਚਾਹੀਦੀ ਹੈ ਹਰ ਆਦਮੀ ਨੂੰ ਪਰ ਕੈਪੀਟਾ ਔਰ ਸ਼ਹਿਰਾਂ ਵਿੱਚ 2100 ਚਾਹੀਦੀ ਹੈਗੇ ਉਸ ਦੇ ਹਿਸਾਬ ਨਾਲ ਉਹਨਾਂ ਨੇ ਅਸੈਸਮੈਂਟ ਕੀਤਾ ਪਰ 2004-2005 ਦੇ ਬਾਅਦ ਉਹ ਤੋਂ ਥੋੜਾ ਪਹਿਲੇ ਵੀ ਕੋਸ਼ਿਸ਼ ਹੋ ਗਈ ਸੀਗੀ NCIR ਨੈਸ਼ਨਲ ਕਾਉਂਸਲ ਫ ਅਪਲਾਈਡ ਇਕਨੋਮਿਕ ਰਿਸਰਚ ਨੇ ਉਹਨਾਂ ਨੇ ਉਹ ਉਸੇ ਕੈਲਰੀ ਰਿਕੁਆਇਰਮੈਂਟ ਨੂੰ ਪਾਣ ਵਾਸਤੇ ਲੇਕਿਨ ਹੋਇਆ ਇਹ ਹੈ ਕਿ ਉਹਦੇ ਬਾਅਦ ਵਕ ਵਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਮੇਟੀਆਂ ਆਈਆਂ ਉਹਨਾਂ ਨੇ ਅਲੱਗ-ਅਲੱਗ ਕਿਸਮ ਨੂੰ ਆਪਣੇ ਉਹਨਾਂ ਦੇਖਿਆ ਗਰੀਬੀ ਨੂੰ ਔਰ ਅਲੱਗ-ਅਲੱਗ ਉਹਨਾਂ ਦੇ ਆਪਣੇ ਕਮੈਂਟਸ ਵੀ ਆਏ ਜਾਂ ਫਿਗਰਸ ਵੀ ਆਈਆਂ ਲੇਕਿਨ ਮੂਲਤਾ ਉਹ ਤੋਂ ਇੰਪਰੂਵ ਨਹੀਂ ਕੀਤੇ ਹੋ ਹੁਣ ਜਿਹੜੀ ਇਸ ਤੰਦਰੁਕਰ ਕਮੇਟੀ ਰਿਪੋਰਟ ਦੀ ਗੱਲ ਕੀਤੀ ਹੈ ਤੰਦਰੁਕਰ ਕਮੇਟੀ ਰਿਪੋਰਟ ਨੇ ਕਿਹਾ ਕਿ ਉਹਨਾਂ ਬਾਸਕਟ ਨੂੰ ਬੜਾਤਾ ਮੈਂ ਤੁਸੀਂ ਅਲੱਗ-ਅਲੱਗ ਹੋਰ ਧਾਰੇ ਵੀ ਲੈ ਰਹੇ ਵਿੱਚ ਪੈਰਾਮੀਟਰਸ ਲੈ ਰਹੇ ਮਤਲਬ ਪਹਿਲਾ ਪਹਿਲਾ ਪੈਮਾਨਾ ਹੁੰਦਾ ਸੀ ਵੀ ਤੁਸੀਂ ਖਾਣ-ਪੀਣ ਦੇ ਨਜ਼ਰੀਏ ਨਾਲ ਕਿੰਨੀ ਕੈਲਰੀਜ਼ ਅਫੋਰਡ ਕਰ ਸਕਦੇ ਹੋ ਖਾਣਾ ਇਹ ਇੱਕ ਪੈਮਾਨਾ ਸੀ ਗਰੀਬ ਨੂੰ ਆਕੰਦਾ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਣੇ ਵਾਸਤੇ ਕਪੜੇ ਵੀ ਚਾਹੀਦੇ ਆ ਚੱਪਲ ਵੀ ਚਾਹੀਦੀ ਹੈ ਤੁਹਾਨੂੰ ਆਪਣੇ ਵਾਸਤੇ ਹੈਲਥ ਵੀ ਚਾਹੀਦੀ ਹੈ ਸਕੂਲ ਦੇ ਬੱਚਿਆਂ ਦੀ ਐਜੂਕੇਸ਼ਨ ਚਾਹੀਦੀ ਹੈ ਠੀਕ ਹੈ ਇਹ ਸਾਰਾ ਕੁਝ ਐਡ ਕੀਤਾ ਗਿਆ ਲੇਕਿਨ ਉਹਨਾਂ ਨੇ ਕੈਲਰੀ ਰਿਕੁਆਇਰਮੈਂਟ ਕੱਟ ਕਰ ਦਿੱਤੀ ਮੈਨੂੰ ਸਮਝ ਨਹੀਂ ਆਇਆ ਕਿਉਂ ਉਹਨਾਂ ਨੇ 2400 ਤੋਂ ਘਟਾ ਕੇ 1999 ਕਰਤੀ ਅਰਬਨ ਸੌਰੀ ਉਹ ਉਹਨਾਂ ਨੂੰ ਘਟਾ ਕੇ ਉਹਨਾਂ ਨੇ ਸਤਾਰਾ ਸੋਧ ਲਈ ਆਇਆ ਹੈ। ਪਰ ਸਮਝ ਨਹੀਂ ਆਉਂਦਾ ਕਿਉਂਕਿ ਤੁਸੀਂ ਅਗਰ ਦੇਖੋ ਲੇਕਿਨ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤਿੰਦੂਲਕਰ ਕਮੇਟੀ ਦੀਆਂ ਦੋ ਵੱਖ-ਵੱਖ ਯੂ ਨੋ ਰਿਪੋਰਟਾਂ ਸਨ। ਉਹਨਾਂ ਦੇ ਵਿੱਚ ਗਰੀਬਾਂ ਦਾ ਦਾਇਰਾ 37.2% ਦੇ ਰਿਹਾ। ਯਾਨੀ ਕਿ ਗਰੀਬਾਂ ਦੀ ਪਰਸੈਂਟੇਜ ਦੇਸ਼ ਦੇ ਵਿੱਚ 37.2% ਦੇ ਰਹੀ। ਤੁਸੀਂ ਕਹਿ ਰਹੇ ਕੈਲਰੀ ਦੀ ਰਿਕੁਆਇਰਮੈਂਟ ਘਟਾ ਦਿੰਦੀ। ਹਾਂਜੀ। ਇਟ ਮੀਨਸ ਵੀ ਆਪਾਂ 37.2% ਦੇ ਅੰਕੜੇ ਨੂੰ ਵਧਨ ਨਹੀਂ ਦੇਣਾ ਚਾਹ ਰਹੇ ਸੀ। ਹਾਂ ਬਿਲਕੁਲ ਉਹੀ ਗੱਲ ਕਰ ਰਹੇ ਹਾਂ ਕਿ ਕੋਸ਼ਿਸ਼ ਕੀਤੀ ਗਈ ਕਿ ਉਹਦੇ ਵਿੱਚ ਰਹੇ ਕਿਉਂਕਿ 37% ਤੋਂ ਮੈਂ ਪਹਿਲੇ ਕਹ ਰਿਹਾ ਸੀਗਾ ਤਾਂ ਉਹ 37% ਤੋਂ ਜ਼ਿਆਦਾ ਨਹੀਂ ਕਰਨਾ ਚਾਹੁੰਦੇ ਸੀਗੇ ਕਿਉਂਕਿ 1991 ਤੋਂ ਇਕਨੋਮਿਕ ਲਿਬਰਾਇਜ਼ੇਸ਼ਨ ਹੋਈ ਹੈ ਉਹਦੇ ਬਾਅਦ ਜੇ ਪਾਵਰਟੀ ਦਿਖਾਉਂਦੇ ਹੋ ਵੱਧਦੀ ਹੈ ਤਾਂ ਫਿਰ ਉਹ ਸਾਰੀ ਇਕਨੋਮਿਕ ਪਾਲਿਸੀਸ ਤੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਤਾਂ ਕੋਸ਼ਿਸ਼ ਕੀਤੀ ਉਹਨੂੰ ਦਬਾਏ ਰੱਖਿਆ ਜਾਵੇ ਕਿਰ ਕੋਈ ਗੱਲ ਨਹੀਂ ਇਹਦੇ ਵਿੱਚ ਅਰਜੁਨ ਸੈਨ ਗੁਪਤਾ ਕਮੇਟੀ ਸਭ ਕਮੇਟੀ ਦੀ ਰਿਪੋਰਟ ਇਹ ਹੋਈ ਕਿ ਉਹ ਨੈਸ਼ਨਲ ਕਮਿਸ਼ਨ ਔਨ ਐਂਟਰਪ੍ਰਾਈਜ਼ ਇਨ ਅਨ ਆਰਗਨਾਈਜ਼ਡ ਸੈਕਟਰ ਦੀ ਕਮਿਸ਼ਨ ਬਣਾਏਗਾ ਸਰਕਾਰ ਦੁਆਰਾ ਉਹਦਾ ਅਰਜੁਨ ਸੈਨ ਗੁਪਤਾ ਦੇ ਸਾਥ ਚ ਉਹਦੇ ਚੇਅਰਮੈਨ ਸੀਗੇ ਉਹਨਾਂ ਦੀ ਰਿਪੋਰਟ ਆਂਦੀ ਹੈ ਕਿ ਸਾਡੀ ਕੰਟਰੀ ਵਿੱਚ 77% ਪੋਪੂਲੇਸ਼ਨ ਯਾਨੀ 84 ਕਰੋੜ ਲੋਕ ਜਿਹੜੇ ਹੈਗੇ ਉਹ 20 ਰੁਪਏ ਤੋਂ ਜ਼ਿਆਦਾ ਖਰਚਣ ਦੀ ਉਹਨਾਂ ਦੀ ਸ਼ਮਤਾ ਨਹੀਂ ਹੈ ਦਿਰੋਜ ਜਨਾ ਇਹ ਕਾਫੀ ਹੱਦ ਤੱਕ ਸੱਚਾਈ ਦੇ ਨੇੜੇ ਹੈਗੀ ਹੈ ਅਰਜੁਨ ਸੈਨ ਗੁਪਤਾ ਕਮੇਟੀ ਦੀ ਜਿਹੜੀ ਉਹਦੇ ਬਾਅਦ ਇੱਕ ਹੋਰ ਹੋਇਆ ਸੁਪਰੀਮ ਦੇ ਹੀ ਇਜਾਦ ਸੀਗੇ ਉਹਨਾਂ ਦੀ ਰਿਪੋਰਟ ਬੜੀ ਅੱਛੀ ਆਈ ਹੈ ਉਹ ਕਹਿੰਦੇ ਆ ਕਿ 100 ਰੁਪਏ ਰੋਜ਼ਾਨਾ ਜਿਹੜਾ ਕਮਾਉਂਦਾ ਆਦਮੀ ਉਹ ਪਾਵਰਟੀ ਲਾਈਨ 'ਤੇ ਨਾ ਜਾਣਾ ਚਾਹੀਦਾ ਦੇਖੋ ਬੜਾ ਔਰ ਇਹ ਅੱਛੀ ਗੱਲ ਉਹਨਾਂ ਨੇ ਕੀਤੀ ਮੋਰ ਰੀਅਲਿਸਟਿਕ ਹੈ ਕਿਉਂਕਿ ਸ਼ਾਇਦ ਉਹ ਇਕਨੋਮਿਸਟ ਨਹੀਂ ਸੀਗੇ ਜਿੱਥੇ ਇਕਨੋਮੀ ਸੀਗੇ ਉਹਨਾਂ ਨੂੰ ਤਾਂ ਸਮਝ ਨਹੀਂ ਆਇਆ ਲੇਕਿਨ ਜਿਹੜਾ ਬੰਦਾ ਇਕਨੋਮਿਸਟ ਨਹੀਂ ਸੀਗਾ ਉਹਨੇ ਮੋਰ ਰੀਅਲਿਸਟਿਕ ਫਿਗਰਸ ਉਹਨ ਦਿੱਤੀ ਹੈ 100 ਰੁਪਏ ਵਾਲੀ ਮੇਰਾ ਮਤਲਬ ਹੈ ਕਿ 100 ਰੁਪਏ ਵੀ ਲੈ ਲਈਏ ਤਾਂ 77 84% ਦੇ ਵਿੱਚ ਕਿਤੇ ਹੋਏਗਾ ਇਟ ਕੀ ਨੁਕਸਾਨ ਹੈ ਅਗਰ ਦੇਸ਼ ਇਹ ਮੰਨ ਲ ਔਰ ਤੁਸੀਂ ਮੰਨੋਗੇ ਕਿ 100 ਰੁਪਏ ਵਿੱਚ ਤੁਸੀਂ ਆਪਣਾ ਰੋਟੀ ਕਪੜਾ ਮਕਾਨ ਦੇ ਇਲਾਵਾ ਜਿਹੜੇ ਬਾਕੀ ਰਿਕੁਆਇਰਮੈਂਟਸ ਹੈ ਇਨਕਲੂਡਿੰਗ ਕਰਾਪਸ਼ਨ ਤੁਸੀਂ ਪੈਸਾ ਵੀ ਦੇਣਾ ਕਿਤੇ ਉਹ ਵੀ ਮਿਲਾ ਕੇ ਦੇਖ ਲਓ ਤੁਸੀਂ ਨਹੀਂ ਕਰ ਸਕਦੇ ਗੁਜ਼ਾਰਾ ਔਰ ਇਸ ਸ਼ਰਮ ਨਹੀਂ ਹੋਣੀ ਚਾਹੀਦੀ ਮੇਰਾ ਮੰਨਣਾ ਹੈ ਕਿ ਉਹਨੂੰ ਐਕਸੈਪਟ ਕਰੋ ਐਕਸੈਪਟ ਕਰਕੇ ਤੁਸੀਂ ਇੱਕ achhi tarah program launch ਕਰ ਸਕਦੇ ਜਿਹਦਾ ਕੋਈ ਕਿਤੇ ਕਿਤੇ ਨਾ ਰਿਜ਼ਲਟ ਆਏਗਾ ਦੂਸਰੀ ਗੱਲ ਹੈ ਕਿ ਇੰਟਰਨੈਸ਼ਨਲ ਤੁਸੀਂ ਪੁੱਛ ਰਹੇ ਸੀਗੇ ਆਕਸਫੋਰਡ ਨੇ ਇੱਕ ਸਟੱਡੀ ਕੀਤੀ ਹੈ ਮਲਟੀਨੇਸ਼ਨਲ ਉਹਨਾਂ ਨੇ ਇੰਡੈਕਸ ਹੀ ਬਣਾਤਾ ਹੈ ਉਹਨੂੰ ਕਹਿੰਦੇ ਐਮਪੀਆਈ multidimensional P poverty index map ਉਹਦੇ حساب ਨਾਲ ਉਹਨੇ ਹੋਰ ਵੀ ਬ੍ਰਾਡ ਬੇਸ ਕਰਤਾ ਉਹਨਾਂ ਜੋ ਵੀ categories ਜੋ ਵੀ ਤੁਸੀਂ ਉਹ compoent ਲੈਣੇ ਹੈਗੇ ਉਹਨਾਂ ਦੇ حساب ਨਾਲ 55% 55% ਹਿੰਦੁਸਤਾਨ ਦੀ ਪੋਪੂਲੇਸ਼ਨ ਆਫ ਪਾਵਰਟੀ ਲਾਈਨ ਤੋਂ ਥੱਲੇ ਆ ਮੇਰਾ ਕਹਿਣਾ ਕਿ ਅਲੱਗ-ਅਲੱਗ ਅੰਕੜੇ ਹੈ ਮਤਲਬ ਆਕਸਫੋਰਡ ਵੀ ਆਕਸਫੋਰਡ ਯੂਨੀਵਰਸਿਟੀ ਜੋ ਕਹਿ ਰਹੀ ਹੈ ਉਹ ਵੀ ਤੰਦੁਕਲ ਕਮੇਟੀ ਤੋਂ ਬੈਟਰ ਰੀਅਲਿਸਟ ਵਰਲਡ ਬੈਂਕ ਦਾ ਕਹਿਣਾ ਕਿ 1.25 ਮਤਲਬ ਸਵਾ ਡਾਲਰ ਜਿਹੜਾ ਬੰਦਾ ਉੱਥੇ ਕਮਾਉਂਦਾ ਰੋਜ਼ਾਨਾ ਉੱਥੋਂ ਜਿਹੜੇ ਘੱਟ ਹੈਗੇ ਆ ਉਹ ਪਾਵਰਟੀ ਚ ਆਉਂਦੇ ਆ 45 ਕਰੋੜ ਲੋਕੀ ਉਹਦੇ ਨਾਲ ਪਾਵਰਟੀ ਥੱਲੇ ਆਉਂਦੇ ਤੰਦੁਕਲ ਕਮੇਟੀ ਦੇ ਹਿਸਾਬ ਨਾਲ 40 ਕਰੋੜ ਲੋਕੀ ਪਾਵਰਟੀ ਦੇ ਲੇਖਾ ਥੱਲੇ ਹੈਗੇ ਸਾਡੀ ਕੰਟਰੀ ਵਿੱਚ ਪੋਲੀਟਿਕਲ ਇਸ਼ੂ ਹੈ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਪਾਵਰਟੀ ਜ਼ਿਆਦਾ ਦਿਖਾਈ ਦੇਵੇ ਲੋਕੀ ਤੁਸੀਂ ਦੇਖੋ ਅੱਜ ਕੱਲ੍ਹ ਅਖਬਾਰ ਦੇਖੋ ਟੈਲੀਵਿਜ਼ਨ ਦੇਖੋ ਤਾਂ ਸਭ ਆਂਦਾ ਕਿ 4 ਲੱਖ ਤੁਹਾਡੇ ਕੋਲ ਕਰੋੜਪਤੀ ਹੈਗੇ ਆ ਰੋਜ਼ਾਨਾ ਇਹ ਫਿਗਰ ਉੱਪਰ ਜਾ ਜਾਂਦੀ ਹੈ ਇਹ ਦਿਖਾਣਾ ਚਾਹੁੰਦੇ ਆ ਨੋਬਡੀ ਵਾਂਟਸ ਟੂ ਸ਼ੋ ਕਿ ਪਾਵਰਟੀ ਕਿੰਨੀ ਹੈ ਸਾਡੇ ਦੇਸ਼ ਵਿੱਚ ਲੇਕਿਨ ਜੋ ਅੱਜ ਤੱਕ ਹੋਇਆ ਜੋ ਜੋ ਵੀ ਜਗਲਰੀ ਹੋਈ ਹੈ ਆਈ ਥਿੰਕ ਇਟ ਇਜ਼ ਵੈਰੀ ਇੰਟਰਸਟਿੰਗ ਤੁਹਾਨੂੰ ਕੀ ਲੱਗਦਾ ਇਸ ਜਗਲਰੀ ਨੇ ਕੈਟਰ ਕਿਸ ਚੀਜ਼ ਨੂੰ ਕੀਤਾ ਕੌਣ ਲੋਕ ਇਹਦੇ ਬੈਨੀਫਿਸ਼ੀਅਰੀਜ਼ ਰਹੇ ਬੇਸਿਕਲੀ ਇਕਨੋਮਿਸਟ ਮੇਰਾ ਮੰਨਣਾ ਹੈ ਕਿ ਇਕਨੋਮਿਸ ਅਸੀਂ ਪੋਲੀਟੀਸ਼ਨਰ ਬਲੇਮ ਕਰ ਦਿੰਨੇ ਆ ਇਕਨੋਮਿਸ ਤਾਂ ਟੂਲ ਹੋਗੇ ਨਾ ਇਕਨੋਮਿਸ ਤਾਂ ਹਥਿਆਰ ਸੀ ਕਿ ਇਕਨੋਮਿਸਾਂ ਨੂੰ ਵਰਤ ਕੇ ਤਾਂ ਸਰਕਾਰਾਂ ਨੇ ਲੋਕਾਂ ਨੂੰ ਮਿਸਲੀਡ ਕੀਤਾ ਬਿਲਕੁਲ ਬਟ ਐਕਚੁਅਲ ਬੈਨੇਫੀਸ਼ੀਅਰੀ ਮੇਰੀ ਗੱਲ ਸੁਣ ਸੋ ਕਿ ਐਸਾ ਕੀ ਗੱਲ ਹੈਗੀ ਕਿ ਹਰ ਇਕਨੋਮਿਸ ਨੂੰ ਚੀ ਯੂਜ਼ ਹੋ ਗਿਆ ਮੈਨੂੰ ਮੰਦਾਸ ਗੱਲ ਨੂੰ ਮੈਨੂੰ ਲੱਗਦਾ ਕਿ ਇਹ ਇਕਨੋਮਿਸਟ ਨੇ ਖੁਦ ਕਿਤਾ ਹਰ ਇੱਕ ਨੂੰ ਹਰ ਇੱਕ ਜਾਣਦੇ ਹੋ ਕਿਤਾ ਹੈ ਕਿਉਂਕਿ ਉਹ ਉਹਨਾ ਨੂੰ ਬੈਨੀਫਿਟ ਕਰਦਾ ਦੇਖੋ ਜਿੰਨਾ ਤੁਸੀਂ ਸਰਕਾਰ ਨੂੰ ਇੱਕ ਮੈਸੇਜ ਦਿੰਦੇ ਹੋ ਕਿ ਅਸੀਂ ਤੁਹਾਡਾ ਕੰਮ ਕਰਤਾ ਹੈ ਉਹ ਵੀ ਤਾਂ ਉਹਨੇ ਫਾਇਦਾ ਹੁੰਦਾ ਕਿਤੇ ਕਿਤੇ ਔਰ ਇਹ ਹੋਇਆ ਹੈ ਆਫਟਰ ਆਲ ਤੰਦੁਲਕਰ ਸਾਹਿਬ ਜਿਹੜੇ ਹੈਗੇ ਪਹਿਲੇ ਇਕਨੋਮਿਕ ਐਡਵਾਈਜ਼ਰੀ ਕਮੇਟੀ ਜਿਹੜੀ ਪ੍ਰਾਈਮ ਮਿਨਿਸਟਰ ਦੀ ਹੈਗੀ ਆ ਉਹਦੇ ਚੇਅਰਮੈਨ ਸੀਗੇ ਉਦੇ ਬਾਅਦ ਤੁਸੀਂ ਇਹ ਕੰਮ ਕਰਨ ਲੱਗ ਪਏ ਇਹਨਾਂ ਤੁਹਾਨੂੰ ਇੱਕ ਕਮੇਟੀ ਦਾ ਚੇਅਰਮੈਨ ਲਗਾਤਾ ਹੈ ਤੁਸੀਂ ਕਮੇਟੀ ਦੇ ਚੇਅਰਮੈਨ ਬਣ ਕੇ ਤੁਸੀਂ ਅਗਰ ਇਸ ਦਾ ਅਸੈਸਮੈਂਟ ਕੀਤੀ ਹੈ ਮੈਨੂੰ ਇਹ ਸਮਝ ਆ ਜਾਂਦਾ ਕਿ ਜੇ ਤੁਸੀਂ ਸਰਕਾਰ ਦੇ ਪ੍ਰਾਈਮ ਮਿਨਿਸਟਰ ਤੁਸੀਂ ਜਦ ਐਡਵਾਈਜ਼ਰ ਸੀਗੇ ਤਾਂ ਤੁਸੀਂ ਕੀ ਐਡਵਾਈਸ ਕਰਦੇ ਹੋਗੇ ਵਾਈ ਕੈਨਟ ਬੀ ਵੀ ਆਨੈਸਟ ਅਸੀਂ ਦੋ ਲੈਣਾ ਇੱਕ ਲੈਣ ਦੀ ਜ਼ਰੂਰਤ ਨਹੀਂ ਸਾਡੇ ਹਿੰਦੁਸਤਾਨ ਸਾਡੇ ਲੈਣ ਸਾਡੇ ਦੇਸ਼ ਦੋ ਲੈਣਾ ਜ਼ਰੂਰਤ ਹੈਗੀ ਹੈ ਦੋ ਲੈਣ ਇਸ ਕਰਕੇ ਜ਼ਰੂਰਤ ਹੈ ਇੱਕ ਤਾਂ ਤੰਦੂਰ ਕਾ ਕਮੇਟੀ ਸਰਵ ਰਿਪੋਰਟ ਹੈ ਇਹ ਵਾਦਵਕ ਸਰ ਜਿਹੜੀ ਰਿਪੋਰਟ ਹੈ ਤੁਸੀਂ ਉਹਨਾਂ ਨੂੰ ਲੈ ਕੇ ਮੱਧ ਨਜ਼ਰ ਲੈ ਕੇ ਤੁਸੀਂ ਉਹਨਾਂ ਪਾਵਰਟੀ ਲਾਈਨ ਬਣਾਓ ਜਿਹੜਾ 37.2% ਹੈ ਤੰਦੁਰਕੋਰ ਸਾਭ ਦੀ ਕਮੇਟੀ ਉਹਨਾਂ ਤੁਸੀਂ ਹੰਗਰ ਲਾਈਨ ਬੇਸਿਕਲੀ ਉਹ ਲਾਈਨ ਉਹ ਹੈ ਕਿ ਜਿਹੜੇ ਲੋਕੀ ਜਿਨ੍ਹਾਂ ਦਾ ਗੁਜ਼ਾਰਾ ਹੋ ਹੀ ਨਹੀਂ ਸਕਦਾ ਜਦ ਤੱਕ ਤੁਸੀਂ ਉਹਨਾਂ ਨੂੰ ਐਮਰਜੈਂਸੀ ਏਡ ਨਹੀਂ ਦਿਓਗੇ ਉਹਨਾਂ ਲੋਕਾਂ ਨੂੰ ਤੁਸੀਂ ਅੰਤੋਦਯਾ ਲਾਈਨ ਬਣਾਓ ਉਹਨਾਂ ਦੋ ਲੈਣਾ ਹੋਣੀ ਚਾਹੀਦੀ ਹੈ ਇੱਕ ਅੰਤੋਦਯਾ ਲਾਈਨ ਔਰ ਇੱਕ ਪੋਵਰਟੀ ਲਾਈਨ ਯਾਨੀ ਕਿ ਜਿਹੜੀ ਹੁਣ ਜਿਸ ਨੂੰ ਅਸੀਂ ਬਿਲੋ ਪੋਵਰਟੀ ਲਾਈਨ ਆ ਪੋਵਰਟੀ ਲਾਈਨ ਬੋਲਦੇ ਹਾਂ ਉਹ ਬੇਸਿਕਲੀ ਉਹ ਭੁੱਖਬਰੀ ਦੀ ਰੇਖਾ ਹੈ ਤੁਸੀਂ ਆਪਣੇ ਆਪ ਦੇਖੋ 32 ਰੁਪਏ ਚ ਕੋਈ ਆਪਣਾ ਗੁਜ਼ਾਰਾ ਕਰ ਸਕਦਾ ਦੋ ਵਕਤ ਦੇ ਖਾਣੇ ਨੂੰ ਮਿਲ ਸਕਦਾ ਹੈ ਔਰ ਦੋਨਾਂ ਵਿੱਚ ਅਲੱਗ-ਅਲੱਗ ਫੋਕਸ ਹੋਏਗਾ ਉਹਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਉਹ ਲਗ ਚੀਜ਼ ਹੈ ਔਰ ਉਦੇ ਉੱਤੇ ਕਿਸ ਤਰ੍ਹਾਂ ਤੁਸੀਂ ਆਪਣਾ ਫੋਕਸ ਕਰਨਾ ਹੈ ਗਰੀਬੀ ਤੇ ਉਹ ਲਗ ਚੀਜ਼ ਹੈ ਇੱਕ ਛੋੜੇ ਕਮਰਸ਼ਲ ਬ੍ਰੇਕ ਲਈ ਰੁਕ ਲੈਣਾ ਇਸ ਪੂਰੇ ਅੰਕੜੇ ਦੇ ਹੇਅਰ ਫੇਅਰ ਦੇ ਜ਼ਰੀਏ ਜਿਸ ਤਰੀਕੇ ਨਾਲ ਦੇਸ਼ ਨੂੰ ਹਜੇ ਤੱਕ ਮਿਸਲੀਟ ਕੀਤਾ ਜਾਂਦਾ ਰਿਹਾ ਹੈ ਉਸੇ ਕੁਝ ਹੋਰ ਡਾਈਮੈਂਸ਼ਨਸ ਲੈ ਕੇ ਫੇਰ ਆਜਣਾ ਹੈ ਸਵਾਗਤ ਹੈ ਪ੍ਰੋਗਰਾਮ ਸਟ੍ਰੇਟ ਟਾਕ ਵਿੱਚ ਗੱਲਬਾਤ ਜਾਰੀ ਹੈ ਕਿ ਗਰਬਤ ਦੇ ਪਹਿਮਾਨੇ ਨੂੰ ਅੰਕਣ ਦੀ ਉਹਨਾਂ ਕੋਸ਼ਿਸ਼ਾਂ ਦੀ ਜੋ ਕਿ ਹੁੰਦੀਆਂ ਤਾਂ ਰਹੀਆਂ ਨੇ ਲੇਕਿਨ ਉਹ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਇਮਾਨਦਾਰ ਕੋਸ਼ਿਸ਼ਾਂ ਨਹੀਂ ਸਾਬਤ ਹੋਈਆਂ ਸਾਡੇ ਅਰਥ ਸ਼ਾਸਤਰੀਆਂ ਨੇ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਗਰੀਬੀ ਨੂੰ ਦੱਸਿਆ ਦਰਸਾਇਆ ਉਸ ਨੂੰ ਪ੍ਰੋਜੈਕਟ ਕੀਤਾ ਉਹ ਅੱਜ ਸਮਝ ਵਿੱਚ ਆ ਰਿਹਾ ਹੈ ਕਿ ਬਹੁਤ ਅੰਡਰ ਐਸਟੀਮੇਟਿਡ ਫਿਗਰ ਹੈ ਇਹ ਚੀਜ਼ਾਂ ਆਪਣੇ ਆਪ ਸਾਹਮਣੇ ਆ ਰਹੀਆਂ ਹੈਗੀਆਂ ਸੁਪਰੀਮ ਕੋਰਟ ਦੇ ਸਾਹਮਣੇ ਕਰ ਯੋਜਨਾ ਆਯੋਗ ਜੋ ਕਹਿ ਰਿਹਾ ਉਸ ਨੂੰ ਇੱਕ ਦੇਸ਼ ਦਾ ਬੱਚਾ ਵੀ ਸ਼ਾਇਦ ਮੰਨਣ ਨੂੰ ਇਸ ਵਕਤ ਤਿਆਰ ਨਹੀਂ ਹੈਗਾ ਸਰਡਨ ਪ੍ਰੋਫੈਸਰ ਦੇਵਿੰਦਰ ਸ਼ਰਮਾ ਜੀ ਮੌਜੂਦ ਹੈਗੇ ਨੇ ਇੰਟਰਨੈਸ਼ਨਲ ਲੈਵਲ ਦੇ ਟ੍ਰੇਡ ਐਂਡ ਫੂਡ ਪੋਲੀਸੀ ਐਨਾਲਿਸਟ ਹੈਗੇ ਨੇ ਪ੍ਰੋਫੈਸਰ ਸਾਹਿਬ ਕੀ ਜਿਸ ਕਿਸਮ ਦੀ ਕੋਸ਼ਿਸ਼ਾਂ ਸਾਡੇ ਦੇਸ਼ ਵਿੱਚ ਗਰੀਬੀ ਨੂੰ ਅੰਡਰ ਐਸਟੀਮੇਟ ਕਰਨ ਦੀਆਂ ਹੋਈਆਂ ਨੇ ਇਹ ਵਿਦੇਸ਼ੀ ਪੱਧਰ ਤੇ ਵੀ ਹੋਈਆਂ ਬਿਲਕੁਲ ਹੋਈਆਂ ਔਰ ਇਹ ਹੀ ਬੜੀ ਇੰਟਰਸਟਿੰਗ ਗੱਲ ਹੈ ਕਿ ਉਹ ਦੇਖੋ ਈਵਨ ਅਮਰੀਕਾ ਨੇ ਸਾਰੀ ਕੋਸ਼ਿਸ਼ ਕੀਤੀ ਸਰ ਨੂੰ ਦਬਾਨ ਦੀ ਲੇਕਿਨ ਹੁਣ ਤੁਸੀਂ ਅਗਰ ਦੇਖਿਆ ਹੋਗਾ ਪਿਛਲੇ 2 ਹਫਤਿਆਂ ਚ ਖਬਰਾਂ ਆਈਆਂ ਕਿ ਅਮਰੀਕਾ ਜਿਹੜੀ ਪਾਵਰਟੀ ਹੈ ਉਹ ਵੀ ਪਾਵਰਟੀ ਔਰ ਹੰਗਰ ਜਿਹੜਾ ਹੈਗਾ ਉਹ ਵੀ ਰਿਕਾਰਡ ਤੋੜ ਗਿਆ ਪਿਛਲੇ ਪਿਛਲੇ 50 ਸਾਲ ਦਾ ਇਹ ਮਤਲਬ ਹੈ ਕਿ ਉੱਥੇ ਵੀ ਡਿਸਪਾਈਟ ਇਕਨੋਮਿਕ ਲਿਬਰਾਇਜ਼ੇਸ਼ਨ ਭੁਖਮਰੀ ਔਰ ਗਰੀਬੀ ਜਿਹੜੀ ਹੈ ਬੜੀ ਹੈ ਤੁਸੀਂ ਯੂਰ ਦੁਨੀਆਂ ਦੇ ਮੁਲਕ ਦਾ ਸਿਗਾ ਯੂਰਪੀਨ ਯੂਨੀਅਨ ਉੱਥੇ 40 ਮਿਲੀਅਨ ਪੀਪਲ ਆਰ ਲਿਵਿੰਗ ਇਨ ਹੰਗਰ ਲੇਕਿਨ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਹੈ ਕਿ ਇਹ ਡੇਰੇ ਡਿਵੈਲਪਿੰਗ ਕੰਟਰੀਜ਼ ਹੈਗੇ ਉਹਦੇ ਵਿੱਚ ਪਾਵਰਟੀ ਪਰਸਨ ਨੂੰ ਡੈਰੀਬਟਲੀ ਲੋ ਕਿਹਾ ਜਾਂਦਾ ਲੇਕਿਨ ਯੂਨ ਵੀ ਚਾਹੁੰਦਾ ਹੈ ਕਿ ਉਹਨਾਂ ਥੱਲੇ ਰੱਖਿਆ ਜਾਏ ਕਿਉਂਕਿ ਯੂਨ ਵੀ ਤਾਂ ਆਫਟਰ ਆਲ ਐਫਏਓ ਦਾ ਜਿਹੜਾ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਹੈ ਯੂਐਨਡੀਪੀ ਇਸੇ ਕਰਕੇ ਸਾਰੇ ਇਹ ਸਾਰੀ ਇਹ ਸਾਰੀ ਏਜੰਸੀਆਂ ਦਾ ਮਕਸਦ ਇਹੀ ਹੁੰਦਾ ਵੀ ਦੁਨੀਆਂ ਦੇ ਮਿਲੀਨੀਅਮ ਡਿਵੈਲਪਮੈਂਟ ਗੋਲ ਦਾ ਇਹ ਪ੍ਰੋਜੈਕਟ ਹੈ ਕਿ 20 ਸਾਲ ਦੇ ਵਿੱਚ ਉਹਨਾਂ ਨੇ ਜਿਹੜੀ ਭੁਖਮਰੀ ਹੈ ਉਹਨੂੰ ਅੱਧਾ ਕਰਨਾ ਹੈ ਹਾਂਜੀ ਔਰ ਇਹੀ ਐਫਏਓ ਦਾ ਗੋਲ ਹੈ ਕਿ ਭੁਖਮਰੀ ਨੂੰ ਅੱਧਾ ਕਰਨਾ ਹੈ ਲੇਕਿਨ ਉਹ ਪ੍ਰੈਕਟੀਕਲੀ ਕਰਨ ਦੀ ਬਜਾਏ ਉਹ ਉਹਨਾਂ ਨੂੰ ਅੰਕੜਿਆਂ ਦੇ ਵਿੱਚ ਸਿਕੋੜ ਕੇ ਸ਼ਾਇਦ ਆਪਣਾ ਆਪਣਾ ਆਪਣੇ ਆਪਣਾ ਇੱਕ ਇੱਕਦਾਂਸਾ ਇਹ ਹੈ ਉਹ ਉਥੇ ਵੀ ਸਕਸੈਡ ਨਹੀਂ ਕਰ ਰਹੇ ਕਿਉਂਕਿ ਜਿਹੜਾ ਸੀ ਨਾ ਐਫਏਓ ਦਾ ਜਿਹੜਾ ਸੀਗਾ ਉਹ 1996 ਤੋਂ ਬਾਅਦ ਸਿਗਾ ਕਿ 2015 ਤੱਕ ਉਹ 40 ਕਰੋੜ ਲੋਕਾਂ ਨੂੰ ਹੰਗਰ ਦੇ ਹੰਗਰ ਵਿੱਚੋਂ ਕੱਢ ਲੈਣਗੇ ਯਾਨੀ ਗਰੀਬੀ ਭੁਖ ਵਿੱਚੋਂ ਕੱਢ ਲੈਣਗੇ ਯਾਨੀ ਭੁਖ ਤੋਂ ਉਹ ਕਢ ਇਹ ਸਿਗੇ ਚ 80 ਕਰੋੜ ਜਰ ਲੋਕੀ ਉਹਨਾਂ ਨੇ ਗਿਨੇ ਸੀਗੇ ਦੁਨੀਆ ਵਿੱਚ 1996 ਵਿੱਚ ਕਿ ਇੰਨੇ ਲੋਕੀ ਭੁੱਖ ਵਿੱਚ ਰਹਿੰਦੇ ਆ ਉਹ ਫਿਗਰ 40 ਕਰੋੜ ਘਟ ਹੋਣੀ ਸੀਗੇ ਅੱਜ ਅਸੀਂ ਕਿਹੜੇ ਸਾਲ ਚ ਪਹੁੰਚ ਗਏ ਆ 2011 ਵਿੱਚ 2015 ਕੋ ਦੂਰ ਨਹੀਂ ਹੈ ਜਿਹੜੇ ਵਿੱਚ ਪੀਰੀਅਡ ਵਿੱਚ ਹੋਣਾ ਸੀਗਾ ਅੱਜ ਉਹ بڑھ ਕੇ 90 ਕਰੋੜ ਹੋ ਗਿਆ ਆਫੀਸ਼ੀਅਲੀ ਪੁਖ ਮਰੀ ਦੇ ਵਿੱਚ ਸਿਰਫ ਪੁਖ ਮਰੀ ਦਾ ਫਿਗਰ 90 ਕਰੋੜ ਹੋ ਗਈ ਹੈ ਉਹੀ ਫਿਗਰ ਯੂਐਨਡੀਪੀ ਲੈ ਕੇ ਚੱਲ ਰਿਹਾ ਜਿਹਨੂੰ ਕਹਿੰਦੇ ਮਿਲੇਨੀਅਮ ਡਵੈਲਪਮੈਂਟ ਗੋਲਸ ਗਲਤੀ ਉੱਥੇ ਵੀ ਹੋਈ ਹੋ ਰਹੀ ਹੈ ਮੇਰਾ ਇਹ ਕਹਿਣਾ ਹੈ ਕਿ ਭਈ ਇੰਟਰਨੈਸ਼ਨਲ ਲੈਵਲ ਤੇ ਅਸੀਂ ਕਿਉਂ ਨਹੀਂ ਆਪਣੀ ਜਿਹੜੀ ਮਾਪਿੰਡ ਨੂੰ ਠੀਕ ਕਰਦੇ ਯੂਐਨ ਨੇ ਕੀ ਕਿਹਾ ਹੈ ਜਿਸ ਕੈਲਰੀ ਰਿਕੁਆਇਰਮੈਂਟ ਅਸੀਂ ਆਪਣੇ ਹਿੰਦੁਸਤਾਨ ਚ ਕਹਿੰਦੇ ਆ 2400 ਕੈਲਰੀ ਚਾਹੀਦੀਆਂ ਹੈਗੀਆਂ ਉਹਨਾਂ ਪਿੰਡ ਵਿੱਚ ਔਰ 21 ਰਾਸੋ 50 ਕੈਲਰੀ ਸਹਿਦੀਆਂ ਜਿਨੂੰ ਤੁਸੀਂ ਪੁਖਮਰੀ ਗਿਨੋਗੇ ਮਾ ਉਹ ਸਾਡੇ ਸਾਡੇ ਮਾਪਦੰਡਨ ਤੋਂ ਵੀ ਥੱਲੇ ਆ ਗਿਆ ਬਹੁਤ ਥੱਲੇ ਹੈ ਇਹ ਮਤਲਬ ਹੈ ਕਿ ਡੈਰੀਵੇਟਲੀ ਤੁਸੀਂ ਲੋਕਾਂ ਨੂੰ ਭੁੱਖਾ ਰੱਖਣਾ ਚਾਹੁੰਦੇ ਹੋ ਔਰ ਫਿਰ ਦਿਖਾਣਾ ਚਾਹੁੰਦੇ ਹੋ ਕਿ ਲੋਕੀ ਸਾਡੇ ਪੁਖਤ ਬਾਹਰ ਹੈਗੇ ਇਹ ਇਹ ਯੂਨ ਦਾ ਐਫਰਟ ਹੋ ਰਿਹਾ ਮੇਰਾ ਇਹ ਕਹਿਣਾ ਹੈ ਕਿ ਇਹ ਜਿਹੜੀ ਇੱਕ ਸਾਜ਼ਿਸ਼ ਹੈ ਯੂਨਾਈਟਿਡ ਨੇਸ਼ਨ ਦੇ ਲੈਵਲ ਤੇ ਵੀ ਹੈ ਔਰ ਇਸ ਨੈਸ਼ਨਲ ਲੈਵਲ ਤੇ ਵੀ ਹੈ ਇਹ ਕਿਤਨੇ ਕਿਤੇ ਜਦ ਤੱਕ ਸਮਾਜ ਨਹੀਂ ਉਠheਗਾ ਕੁਐਸਚਨ ਨਹੀਂ ਕਰੇਗਾ ਇਹ ਕੰਮ ਚਲਦਾ ਰਹੇਗਾ ਔਰ ਹਿੰਦੁਸਤਾਨ ਚ ਹੁਣ ਕਮ ਤੋਂ ਘੱਟ ਜਿਹੜੀ ਆਵਾਜ਼ ਉਠਹੀ ਹੈ ਲੱਗਦਾ ਹੈ ਕਿ ਉਹ ਠੀਕ ਹੋਏਗੀ ਇਤੇ ਨਾਲ ਜਗ੍ਹਾ ਇਹਦੇ ਨਾਲ ਮਨ ਲੱਗਦਾ ਹੈ ਕਿ ਇ गरीबी लैवल उपर कराँगे तो मजबूरन उन्होंने भी करना पेगा मन लगता कई देशों में फिर यह डिबेट शुरू हो जाती कि कि साफ पावर लैवल है उन्होंने क्या बांग्लादेश पाकिस्तान श्रीलंका सब का पावर्टी लैवल जफिशियली थले रख्या गया है ये सिर्फ हिंदुस्तान नहीं है सो हर एक कंट्री की कोशिश होंगी है गरीबी ना दिखाई जाए सरकार कहे कि मेरे द मेरे दौरान चीफ प्राइम मिनिस्टर कहे कि मैं मेरे दौरान बहुत डिवेलपमेंट हुई है देश लेकिन कि कुछ लोगों से गरीबी तो बहुत क्ड भी पाए हैं कुछ लोग है सावरिट बहर निकलते हैं कुछ लोग पावर से आते भी वापस ਕਿਉਂਕਿ ਇਹ ਨਹੀਂ ਹੈ ਕਿ ਤੁਸੀਂ ਸੋਚੋ ਕਿ ਜਿਹੜੇ ਵਾਪਸ ਆਉਂਦੇ ਆ ਉਹ ਜ਼ਿਆਦਾ ਹੈਗੇ ਨੇ ਜੋ ਬੋਰਟੀ ਕਿਹ ਨਹੀਂ ਸਕਦੇ ਇਹ ਹੀ ਮੈਂ ਕਹ ਰਿਹਾ ਬੜਾ ਅੱਛਾ ਤੁਸੀਂ ਸਵਾਲ ਪੁੱਛਿਆ ਕਿ ਇਹ ਅਸੈਸਮੈਂਟ ਹੋਣੀ ਚਾਹੀਦੀ ਹੈ ਗਰੀਬੀ ਚੋਂ ਕਿੰਨੇ ਨੂੰ ਤੁਸੀਂ ਕੱਢ ਲਿਆ ਭੁਖੋਰੀ ਚੋਂ ਕਿੰਨੇ ਕੱਢ ਲਏ ਤੇ ਕਿੰਨੇ ਉਹਦੇ ਚ ਦੁਬਾਰਾ ਕਿੰਨੇ ਦੁਬਾਰਾ ਉੱਚਾ ਗਿਆ ਉਹੀ ਗੱਲ ਹੈ ਨਾ ਉਹ ਜਿਹੜੇ ਮੈਂ ਤੁਹਾਨੂੰ ਦੱਸੀ ਸੀ ਖੂਚ ਜਿਹੜਾ ਆਦਮੀ ਗਿਰ ਗਿਆ ਹੈ ਉਹਨੋਂ ਸੀ ਵਾਕੇ ਖਿੱਚਣ ਦੇ ਬਾਹਰ ਖਿੱਚ ਲਿਆ ਕਿ ਨਹੀਂ ਖਿੱਚਿਆ ਇਹ ਸਵਾਲ ਸਾਡੇ ਸਾਹਮਣੇ ਖੜਾ ਹੈ ਔਰ ਉਹ ਇਕਨੋਮਿਸਟ ਨੂੰ ਤਾਂ ਹੀ ਅਸੈਸ ਹੋ ਸਕਦਾ ਜੇ ਤੁਸੀਂ ਇੱਕ ਰੀਅਲਿਸਟਿਕ ਐਸਟੀਮੇਟ ਬ ਤੁਸੀਂ ਸਵਾਲ ਪੁੱਛਿਆ ਇਹ ਬਹੁਤ ਜ਼ਰੂਰੀ ਹੈ ਕਿੰਨੇ ਲੋਕਾਂ ਨੂੰ ਅਸੀਂ ਕੱਟ ਪਾਇਆ ਉੱਪਰ ਲੇਕਿਨ ਜੇ ਤੁਸੀਂ ਅਰਜੁਨ ਸੈਨ ਗੁਪਤਾ ਕਮੇਟੀ ਰਿਪੋਰਟ ਮੰਨ ਕੇ ਚੱਲਦੇ ਹੋ ਕਿ ਉਹ ਠੀਕ ਕਹਿ ਰਹੀ ਹੈ ਇਸ ਦਾ ਮਤਲਬ ਹੈ ਕਿ 77% ਦੇ ਲੋਕ 20 ਰੁਪਏ ਵੀ ਨਹੀਂ ਖਰਚ ਸਕਦੇ ਖਰਚ ਸਕਦੇ ਇਹ ਮਤਲਬ ਹੈ ਕਿ ਪਾਵਰਟੀ ਬੜੀ ਹੈ ਘਟਨੀ ਹੋਈ ਹੈ ਹੁਣ ਇਹ ਇੱਕ ਵੱਡ ਗਿਆ ਇੱਕ 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 ਘਟੋ ਗਿਆ ਮਤਲਬ ਇੱਕ ਦੇ ਬਾਹਰ ਨਿਕਲ ਗਿਆ 10 ਲੋਕੇ ਵਾਪਿਸ ਆ ਗਏ ਉਹ ਗੱਲ ਅਲੱਗ ਹੈ ਲੇਕਿਨ ਐਜ਼ ਅ ਮੈਕਰੋ ਲੈਵਲ ਤੇ ਅਗਰ ਅਰਜੁਨ ਸੈਨ ਗੁਪਤਾ ਕਮੇਟੀ ਰਿਪੋਰਟ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹ ਅਧਾਰ ਹੈ ਕਾਫੀ ਹੱ ਗਲਤ ਅੰਕੜਿਆਂ ਦਾ ਨੀਤੀ ਨਿਰਧਾਰਨ ਉਤੇ ਪਲੈਨਿੰਗ ਉਤੇ ਕਿੰਨਾ ਅਸਰ ਹੈ ਜਿਹੜਾ ਸਵਾਲ ਪੁੱਛ ਰਹੇ ਹੋ ਨਾ ਤੁਸੀਂ ਦੇਖੋ ਕਿ ਸਿਰਫ ਹੰਗਰ ਦੀ ਗੱਲ ਕਰੀਏ 22 ਸਕੀਮਾਂ ਹੈਗੀਆਂ ਸਰਕਾਰ ਦੀਆਂ ਪ੍ਰੋਗਰਾਮ ਚੱਲ ਰਹੇ ਆ ਅਲੱਗ-ਅਲੱਗ ਮੰਤਰਾਲੇ ਥੱਲੇ ਜਿਹੜੇ ਐਡਰੈਸ ਕਰਦੇ ਆ ਹੰਗਰ ਨੂੰ ਗਰੀਬੀ ਨੂੰ ਭੁੱਖਮਰੀ ਨੂੰ ਉਹਦੇ ਬਾਵਜੂਦ ਵੀ ਦੇਖੋ ਭੁੱਖਮਰੀ ਵੱਧ ਰਹੀ ਹੈ ਕਿਉਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈ ਜਿਹੜਾ ਮੈਲਨਰਿਸਟ ਕੂਪੋਸ਼ਨ ਦਾ ਐਡਰੈਸ ਕਰਨ ਦਾ ਇਸ਼ੂ ਹੈ ਉਹਦੇ ਵਿੱਚ ਉਹਨਾਂ ਨੇ ਪ੍ਰੈਗਨੈਂਟ ਔਮਨ ਦੀ ਜਿਹੜੀ ਮੈਲ ਨਿਊਟ੍ਰੀਸ਼ਨ ਹੈ ਉਹਦੇ ਵਾਸਤੇ 6 ਰੁਪਏ ਪਰ ਕੈਪੀਟਾ ਐਲੋਕੇਟ ਕਰਦੇ ਨੇ ਜੇ ਤੁਸੀਂ ਉਹਨਾਂ ਤੇ ਦੇਖੋ ਇੱਕ ਦਿਨ ਦੇ 6 ਰੁਪਏ ਇੱਕ ਦਿਨ ਦੇ 6 ਰੁਪਏ ਵਿੱਚ ਦੇਖੋ ਉਹ ਚ ਦੁੱਧ ਵੀ ਹੈ ਕੇਲਾ ਵੀ ਹੈ ਅੰਡਾ ਵੀ ਹੈ ਤੁਸੀਂ ਮੈਂ ਤਾਂ ਸਰਕਾਰ ਨੂੰ ਖੁਦ ਕਹਿਣਾ ਹੈ ਕਿ ਤੁਸੀਂ ਮੈਨੂੰ 6 ਰੁਪਏ ਦਾ 6 ਸਾਲ ਦਾ ਮੈਨੂੰ ਸਪਲਾਈ ਦੇ ਦਿਓ ਆਈ ਵਿਲ ਬੀ ਰੈਡੀ ਟੂ ਇਟ ਤੁਸੀਂ ਮੈਨੂੰ ਸਪਲਾਈ ਦਿਓ 6 ਰੁਪਏ ਨਾ ਦਿਓ 6 ਰੁਪਏ ਤੁਸੀਂ ਮੈਨੂੰ ਸਪਲਾਈ ਦੇ ਦਿਓ ਮੈਂ ਤੁਹਾਨੂੰ 6 ਰੁਪਏ ਕਿਹਾ ਮੈਂ 16 ਰੁਪਏ ਦੇਣ ਨੂੰ ਤਿਆਰ ਹੈ ਤੁਸੀਂ ਆਪਣੇ ਦੱਸੋ ਮੈਨੂੰ 6 ਰੁਪਏ ਵਿੱਚ ਤੁਹਾਨੂੰ ਸਭ ਕੁਝ ਮਿਲ ਸਕਦਾ ਹੈ ਇਹ ਮਤਲਬ ਹੈ ਅਸੈਸਮੈਂਟ ਹੀ ਗਲਤ ਹੈ ਜਦ ਤੁਸਾਂ ਦੀ ਅਸੈਸਮੈਂਟ ਗਲਤ ਹੈ ਤੁਸੀਂ ਮਲਨਰਿਸ਼ ਕਦੀ ਮਲਨਰਿਸ਼ਮੈਂਟ ਜਾਂ ਕੂਪੋਸ਼ਨ ਹਟਾਈ ਨਹੀਂ ਸਕਦੇ ਇਹਨੂੰ ਠੀਕ ਕਰਨਾ ਪਏਗਾ ਬੱਚਿਆਂ ਵਾਸਤੇ ਚਾਰੋ ਗਰੀਬ ਹੀ ਨਹੀਂ ਪਾਦਰੀ ਬਲਕਿ ਉਹ ਜਿਹੜੇ ਅਸੀਂ ਜਿਸ ਨੂੰ ਅਸੀਂ ਬੜੇ ਬੜੇ ਇਤਰਾਨੇ ਵੀ ਹੈ ਉਸ ਉਤੇ ਫਖਰ ਵੀ ਸਾਨੂੰ ਹੁੰਦਾ ਵੀ ਸਾਡਾ ਹਿਊਮਨ ਰਿਸੋਰਸ ਬੇਸ ਬਹੁਤ ਸਟਰੋਂਗ ਹੈਗਾ ਸਾਡੇ ਕੋਲ ਯੂ نو 1.0 ਇਕ 22 ਕਰੋੜ ਸਾਡੀ ਆਬਾਦੀ ਹੈਗੀ ਹੈ ਜੋ ਕਿ ਸਾਡਾ ਇੱਕ ਹਿਊਮਨ ਸਟਰੈਂਥ ਸ਼ੋ ਕਰਦਾ ਰਿਸੋਰਸ ਦੀ ਲੇਕਿਨ ਉਹਦੀ ਕੁਆਲਿਟੀ ਕੀ ਹੈਗੀ ਉਹਦੀ ਸੇਤ ਕਿੱਥੇ ਹੈਗੀ ਉਹ ਬਹੁਤ ਇੰਪੋਰਟੈਂਟ ਗੱਲ ਹੈ ਤੁਸੀਂ ਜਿਵੇਂ ਆਮ ਸਾਡੀ ਜਿਹੜੀ ਅੱਜ ਜਿਹੜੀ ਪਰ ਕੈਪੀਟਾ ਅਵੇਲੇਬਿਲਟੀ ਹੈ ਗ੍ਰੇਨਸ ਦੇ ਅਨਾਜ ਦੀ ਅੱਜ ਦੇਖੀਏ ਅੱਜ ਅਸੀਂ 2011 ਚ ਹੈਗੇ ਆ 1943 ਵਿੱਚ ਬੰਗਾਲ ਦਾ ਕਾਲ ਹੋਇਆ ਸੀਗਾ ਬੰਗਾਲ ਦੇ ਕਾਲ ਵਿੱਚ ਜਿੰਨੀ ਸਾਡੀ ਪਰ ਕੈਪੀਟਾ ਅਵੇਲੇਬਿਲਟੀ ਸੀਗੀ 19 ਅੱਜ ਸਾਡੇ ਕੋਲ ਹੈ ਹਾਂਜੀ 500 ਗ੍ਰਾਮ ਤੋਂ ਉੱਪਰ ਨਹੀਂ ਗਈ ਹੈ ਇਹ ਮਤਲਬ ਹੈ ਕਿ ਅਸੀਂ ਹੱਲੇ ਵੀ ਭੁਖਮਰੀ ਦੇ ਇਦਾਰੇ ਪਿੱਛੇ ਗਿਆ ਐਜ਼ ਅ ਨੇਸ਼ਨ ਐਜ਼ ਅ ਮੈਕਰੋ ਲੈਵਲ ਤੇ ਕਰ ਰਿਹਾ ਕੁਝ ਲੋਕੀ ਜ਼ਿਆਦਾ ਖਾ ਰਹੇ ਉਹਦੀ ਗੱਲ ਨਹੀਂ ਕਰ ਰਿਹਾ ਲੇਕਿਨ ਐਜ਼ ਅ ਨੇਸ਼ਨ ਲੇਕਿਨ ਤੁਸੀਂ ਜੇ ਚਾਈਨਾ ਦੇਖੋ ਚਾਈਨਾ ਵਿੱਚ 3000 ਗ੍ਰਾਮਸ ਪਰ ਡੇ ਉਹਨਾਂ ਦੀ ਅੱਜ ਕਨਜ਼ਮਪਸ਼ਨ ਹੈ 3000 ਤੇ ਪਹੁੰਚ ਗਏ ਹੈ ਔਰ ਅਸੀਂ 450 ਤੇ ਜਾਂ 470 ਦੇ ਪਿੱਛੇ ਗਿਆ ਹੈ ਨਹੀਂ ਕਿ ਤੁਹਾਡੇ ਜਿਹੜਾ ਹਿਊਮਨ ਰਿਸ ਹੈਗੀ ਆ ਉਹ 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 ਕਿੰਨੀ ਕੁ ਮਜ਼ਬੂਤ ਹੈ ਜੋ ਅਸੀਂ ਕੰਟਰੀ ਜਿਹਨੂੰ ਹਿਊਮਨ ਰਿਸੋਰਸਸ ਕਹ ਰਹੇ ਹੋ ਉਹਨਾਂ ਦੀ ਹਿਊਮਨ ਰਿਸੋਰਸ ਸਾਡੀ ਹਿਊਮਨ ਰਿਸੋਰਸ ਕਿੰਨਾ ਫਰਕ ਹੈ ਸਾਡੀ ਬਿਮਾਰ ਹਿਊਮਨ ਰਿਸੋਰਸ ਹੈ ਹਾਂਜੀ ਮਜਬੂਰਨ ਮਤਲਬ ਕਿਸ ਤਰ੍ਹਾਂ ਜੀਵਿਤ ਰਹਿ ਰਹੀ ਹੈ ਉਹਨਾਂ ਦੀ ਜਿਹੜੀ ਹੈਗੀ ਆ ਉਹ ਬਿਲਕੁਲ ਤਕੜੀ ਜਿਹਨੂੰ ਹੋਣਾ ਚਾਹੀਦਾ ਹੈ ਕਿ ਹੈਲਦੀ ਨੇਸ਼ਨ ਹੈ ਉਹ ਸਾਡਾ ਅਨ ਹੈਲਦੀ ਨੇਸ਼ਨ ਹੈ ਅਸੀਂ ਐਜ਼ ਐਜ਼ ਅ ਸਿਕ ਨੇਸ਼ਨ ਹੈਗੇ ਆ ਉਹ ਹੈਲਦੀ ਨੇਸ਼ਨ ਹੈ ਆਈ ਥਿੰਕ ਇਹ ਫੋਕਸ ਤਾਂ ਹੋ ਰਿਹਾ ਕਿਉਂਕਿ ਉਹਨਾਂ ਨੇ ਵਾਕਈ ਰੀਅਲ ਟਰਮਸ ਵਿੱਚ ਅਪਲਾਈ ਕੀਤਾ ਸਾਰੀ ਪਾਲਿਸੀਸ ਸਾਰੇ ਵ ਕਿੰਨਾ ਵੱਡਾ ਇੰਪੈਕਟ ਕੀ ਹੋਇਆ ਕਿ ਸੋਚਿਆ ਨਹੀਂ ਹੈ 6 ਰੁਪਏ ਵਿੱਚ ਜੇਕਰ ਇੱਕ ਪ੍ਰੈਗਨੈਂਟ ਔਮਨ ਦੀ ਮੈਲਨੂਟ੍ਰੀਸ਼ਨਮੈਂਟ ਹਰ ਜਾਂਦੀ ਹੈ ਤੇ ਇਹ ਤਾਂ ਵਾਕਿਆ ਮਿਰਕਲ ਹੈ ਗਰੀਬੀ ਨੂੰ ਲਗਾਤਾਰ ਇੱਕ ਇੱਕ ਯੋਜਨਾਬੱਧ ਤਰੀਕੇ ਨਾਲ ਥੱਲੇ ਕਟਾ ਕੇ ਦੱਸਣ ਦੀ ਕੋਸ਼ਿਸ਼ਾਂ ਹੈਗੇ ਦੇਖਣਗੇ ਕਰਾਂਗੇ ਇਸ ਗੱਲਬਾਤ ਦੇ ਜ਼ਰੀਏ ਸਾਡੇ ਦਰਸ਼ਕਾਂ ਨੂੰ ਜ਼ਰੂਰ ਮਦਦ ਮਿਲੀ ਹੋਵੇਗੀ ਕਿਸ ਤਰੀਕੇ ਨਾਲ ਇੱਕ ਬਹੁਤ ਵੱਡੀ ਡਿਸਕਰਪੈਂਸੀ ਹੈਗੀ ਹੈ ਗਰੀਬੀ ਨੂੰ ਅੰਕੜੇ ਦੇ ਪੇਮਾਨੇ ਵੀ ਦੇਸ਼ ਵਿੱਚ ਜਿਸ ਨੂੰ ਕੀ ਦੂਰ ਕਰਨ ਦੀ ਲੋੜ ਹੈ ਕਿਉਂਕਿ ਹੁਣ ਸੁਪਰੀਮ ਕੋਰਟ ਦੇ ਸੰਦਰਭ ਦੇ ਵਿੱਚ ਉਹਨਾਂ ਦੇ ਸੰਗਿਆਨ ਦੇ ਵਿੱਚ ਪੂਰਾ ਮਾਮਲਾ ਹੈਗਾ ਉਮੀਦ ਕਰਾਂਗੇ ਵੀ ਇਹਦੇ ਉੱਤੇ ਸੀਰੀਅਸ ਸੰਜੀਦਾ ਜਿਹੜੀ ਜਿਹੜੀ ਗੱਲਬਾਤ ਹੈ ਨਿਕਲ ਕੇ ਜ਼ਰੂਰ आएगी पूरी चर्चा ਤਾਂ जो कि इस वक्त देश में जारी है छिड़ी हुई हैगी बहुत-बहुत धन्यवाद प्रोफेसर साहब ਤੁਸੀਂ ਸਾਡੇ ਨਾਲ ਆਏ ਸਾਡੇ ਦਰਸ਼ਕਾਂ ਦੇ ਨਾਲ ਇੰਪੋਰਟੈਂਟ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਫੀਡਬੈਕ ਐਟ mdcnet.tv ਸਾਡਾ ਈਮੇਲ ਆਈਡੀ ਸਾਨੂੰ ਜ਼ਰੂਰ ਆਪਣੇ ਆਪਣੇ ਸੁਜੈਸ਼ਨ ਫੀਡਬੈਕ ਭੇਜੋ ਇੱਕ ਛੋਟੇ ਕਮਰਸ਼ਲ ਬ੍ਰੇਕ ਤੋਂ ਬਾਅਦ ਸਾਡ ਨੂੰ ਖਬਰਾਂ ਨਹੀਂ ਬਾਰੇ ਚੱਲੀ ਨਾ